ਪੱਟੀ ਲਿਖੀ ਹੈ। ਗੁਰਮੁਖੀ ਦੇ ਅੱਖਰਾਂ ਦੇ ਨਾਲ ਇਹ ਸੰਬੰਧਿਤ ਬਾਣੀ ਹੈ। ਪਿਛਲੇ ਦਿਨਾਂ ਤੋਂ ਅਸੀਂ ਇਸ ਬਾਣੀ ਪਾਵਨ ਬਾਣੀ ਦੀ ਵਿਚਾਰ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਪਏ ਹਾਂ। ਉਸੇ ਹੀ ਲੜੀ ਨੂੰ ਅੱਗੇ ਤੋਰਨ ਦੀ ਕੋਸ਼ਿਸ਼ ਕਰੀਏ। ਸਤਿਗੁਰੂ ਕਿਰਪਾ ਕਰਨ, ਮਨ ਬਿਰਤੀਆਂ ਇਕਾਗਰ ਕਰਦੇ ਹੋਏ ਅਸੀਸ ਬਖਸ਼ੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਨ ਕਾਹੇ ਭੂਲੇ ਮੂੜ ਮਨਾ, ਜਬ ਲੇਖਾ ਦੇਵੈ ਬੀਰਾ ਤਉ ਪੜਿਆ। ਇਹ ਇਸ ਪਾਵਨ ਬਾਣੀ ਦੀ ਰਹਾਉ ਦੀ ਪੰਕਤੀ ਹੈ। ਹਜ਼ੂਰ ਨੇ ਨਿਰਣਾ ਇਹ ਦਿੱਤਾ ਹੈ ਪੜ੍ਹਾਈ ਦੇ ਬਾਰੇ ਵੀ ਇਹ ਵੀਰ ਇਹ ਭਾਈ ਤੂੰ ਉਦਣ ਹੀ ਪੜ੍ਹਿਆ ਲਿਖਿਆ ਮੰਨਿਆ ਜਾਵੇਗਾ ਜਿੱਦਣ ਤੂੰ ਆਪਣੀ ਇਸ ਪੜ੍ਹਾਈ ਦੇ ਨਾਲ ਆਪਣੇ ਆਤਮਿਕ ਜੀਵਨ ਦਾ, ਆਪਣੇ ਅਧਿਆਤਮਿਕ ਜੀਵਨ ਦਾ ਕੁਝ ਫਾਇਦਾ ਕਰ ਸਕੇ। ਤੇਰਾ ਪੜ੍ਹਿਆ ਹੋਇਆ ਗਿਆਨ ਤੇਰੀ ਜ਼ਿੰਦਗੀ ਨੂੰ ਸਕੂਨ ਦੇਵੇ, ਸ਼ਾਂਤੀ ਦੇਵੇ, ਟਿਕਾ ਦੇਵੇ ਅਤੇ ਤੂੰ ਮਾਲਕ ਦੇ ਘਰ ਦੇ ਵਿੱਚ ਆਪਣਾ ਲੇਖਾ ਸੌਖਾ ਹੋ ਕੇ ਦੇ ਸਕੇ ਤਾਂ ਹੀ ਤੂੰ ਮੰਨਿਆ ਜਾਵੇਗਾ ਕਿ ਤੂੰ ਪੜ੍ਹਿਆ ਲਿਖਿਆ ਹੈ। ਨਹੀਂ ਤਾਂ ਉਹਦੇ ਤੋਂ ਇਲਾਵਾ ਇਹ ਸਿਰਫ ਭਾਰ ਲੱਦਣ ਵਾਲੀ ਗੱਲ ਹੈ, ਚਾਹੇ ਉਹ ਲੋਕਾਂ ਦੇ ਕੋਲੋਂ ਗੱਲਾਂ ਸੁਣ ਕੇ ਅਤੇ ਚਾਹੇ ਉਹ ਕਿਤਾਬਾਂ ਪੜ੍ਹ ਪੜ੍ਹ ਕੇ ਭਾਰ ਲੱਦਿਆ ਹੋਇਆ ਹੈ। ਇਹ ਸਿਰਫ ਭਾਰ ਰਹਿ ਜਾਂਦਾ ਹੈ ਉਦੋਂ ਤੱਕ ਜਦੋਂ ਤੱਕ ਇਸ ਪੜ੍ਹਾਈ ਦਾ ਮੇਰੇ ਨਿੱਜੀ ਜੀਵਨ ਨੂੰ ਕੋਈ ਫਾਇਦਾ ਨਹੀਂ ਹੋ ਰਿਹਾ। ਇਸ ਕਰਕੇ ਸਤਿਗੁਰੂ ਇਹ ਗੱਲ ਸਾਡੇ ਸਾਹਮਣੇ ਰੱਖਦੇ ਨੇ। ਅੱਜ ਦਾ ਪਾਵਨ ਬਚਨ ਜੋ ਅਸੀਂ ਸ਼ੁਰੂ ਕਰਨਾ ਹੈ ਇਹ ਪੰਜਾਬੀ ਦੇ ਘੱਗੇ ਅੱਖਰ ਤੋਂ ਹੈ। ਘੱਗਾ ਅੱਖਰ ਹੈ ਪੰਜਾਬੀ ਦਾ ਔਰ ਕਵਰਗ ਵਾਲੀ ਜਿਹੜੀ ਲਾਈਨ ਹੈ, ਕਵਰਗ ਵਾਲੀ ਜਿਹੜੀ ਪਾਲ ਹੈ ਉਹਦੇ ਵਿੱਚ ਇਹ ਅੱਖਰ ਹੈ। ਕੱਕਾ, ਖੱਖਾ, ਗੱਗਾ, ਘੱਗਾ, ਇਹ ਘੱਗਾ ਅੱਖਰ ਹੈ ਪੰਜਾਬੀ ਦਾ। ਔਰ ਜਦੋਂ ਇਹਨੂੰ ਅਸੀਂ ਉਚਾਰਨ ਵਾਲੇ ਪਾਸੇ ਦੇ ਵਿੱਚ ਵੇਖਾਂਗੇ ਤਾਂ ਦੋ ਰੂਪਾਂ ਦੇ ਵਿੱਚ ਇਸ ਅੱਖਰ ਦਾ ਉਚਾਰਨ ਹੁੰਦਾ ਹੈ। ਉਹ ਪੰਜਾਬੀ ਦੇ ਨਾਲ ਸੰਬੰਧਿਤ ਗੱਲ ਹੈ। ਪਹਿਲੇ ਰੂਪ ਦੇ ਵਿੱਚ ਇਹ ਘਾ ਦੇ ਰੂਪ ਦੇ ਵਿੱਚ, ਆਵਾਜ਼ ਭਾਰੀ ਦੇ ਰੂਪ ਦੇ ਵਿੱਚ ਉਚਾਰਨ ਹੁੰਦਾ ਹੈ। ਦੂਸਰੇ ਰੂਪ ਦੇ ਵਿੱਚ ਇਹ ਘਾ ਦੇ ਰੂਪ ਦੇ ਵਿੱਚ ਹੋ ਜਾਂਦਾ ਹੈ। ਹਿੰਦੀ ਦੇ ਵਿੱਚ ਘੱਗਾ ਅੱਖਰ ਘਾ ਤੋਂ ਨਹੀਂ ਹੈ, ਉਹ ਘਾ ਤੋਂ ਸ਼ੁਰੂ ਕਰਦੇ ਨੇ। ਪੰਜਾਬੀ ਦੇ ਵਿੱਚ ਇਹਨੂੰ ਘੋੜਾ ਕਿਹਾ ਜਾਂਦਾ ਹੈ, ਹਿੰਦੀ ਦੇ ਵਿੱਚ ਉਹਨਾਂ ਦੇ ਕੋਲ ਉਹ ਘੋੜਾ ਕਹਿਣ ਵਾਲਾ ਸਾਊਂਡ ਹੈ ਨਹੀਂ ਹੈ, ਉਹ ਘੋੜਾ ਕਹਿਣਗੇ ਇਸ ਪਾਸੇ ਤੋਂ, ਉਹ ਗਾ ਵਾਲੇ ਪਾਸੇ ਤੋਂ ਲੈ ਜਾਂਦੇ ਨੇ ਇਸ ਨੂੰ। ਇਹ ਅੱਖਰ ਦੋ ਉਚਾਰਨ ਹੁੰਦੇ ਨੇ ਇਹਦੇ। ਸ਼ੁਰੂਆਤ ਦੇ ਵਿੱਚ ਇਹ ਭਾਰਾ ਹੋ ਕੇ ਉਚਾਰਿਆ ਜਾਂਦਾ ਹੈ। ਇਹੀ ਅੱਖਰ ਜਦੋਂ ਦੂਸਰੇ ਨੰਬਰ ਦੇ ਉੱਤੇ ਜਾਂ ਤੀਸਰੇ ਨੰਬਰ ਦੇ ਉੱਤੇ ਆ ਜਾਂਦਾ ਹੈ ਉਦੋਂ ਇਹਦਾ ਉਚਾਰਨ ਗਾ ਦੇ ਰੂਪ ਦੇ ਵਿੱਚ ਹੋ ਜਾਂਦਾ ਹੈ। ਗੁਰਬਾਣੀ ਦੇ ਵਿੱਚ ਇਹ ਸ਼ਬਦ ਆਇਆ ਹੈ ਝੱਝਕ, ਘੁੰਘਟ, ਇਹ ਸਾਰੇ ਸ਼ਬਦ ਇੱਦਾਂ ਦੇ ਨੇ। ਉਹ ਸਿਰਫ ਅੱਖਰ ਦੇ ਨਾਲ ਸੰਬੰਧਿਤ ਜਾਣਕਾਰੀ ਹੈ। ਸਤਿਗੁਰੂ ਕਿਰਪਾ ਕਰਨ, ਇਸ ਅੱਖਰ ਤੋਂ ਅਸੀਂ ਸਿੱਖਿਆ ਕੀ ਸਿੱਖੀ ਹੈ? ਇਸ ਅੱਖਰ ਨੂੰ ਜਦੋਂ ਅਸੀਂ ਪੜ੍ਹਿਆ ਹੈ, ਇਹ ਅੱਖਰ ਜਦੋਂ ਸਾਡੀ ਜ਼ਿੰਦਗੀ ਦੇ ਵਿੱਚ ਸਾਡੇ ਸਾਹਮਣੇ ਆਇਆ ਹੈ,
ਅਤੇ ਇਸ ਅੱਖਰ ਤੋਂ ਅਸੀਂ ਸਿੱਖਿਆ ਕੀ ਹੈ, ਇਸ ਅੱਖਰ ਨੇ ਸਾਡੀ ਜ਼ਿੰਦਗੀ ਦੇ ਵਿੱਚ ਤਬਦੀਲੀ ਕੀ ਲਿਆਂਦੀ ਹੈ। ਫਿਰ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ, ਘੱਗੈ ਕਾਲ ਸੇਵਕ ਜੇ ਕਾਲੈ। ਜੇ ਕਿਤੇ ਗੁਰੂ ਦਾ ਜਿਹੜਾ ਸਿੱਖ ਹੈ ਉਹ ਘਾਲਣਾ ਘਾਲੇ, ਘਾਲਣਾ ਦਾ ਮਤਲਬ ਹੈ ਮਿਹਨਤ ਕਰੇ, ਘਾਲਣਾ ਦਾ ਭਾਵ ਹੈ ਥੋੜ੍ਹਾ ਜਿਹਾ ਆਪਣੀ ਜ਼ਿੰਦਗੀ ਨੂੰ ਧਾਰਮਿਕ ਜੀਵਨ ਵਾਲੇ ਪਾਸੇ ਲੈ ਕੇ ਆਉਣ ਦੀ ਕੋਸ਼ਿਸ਼ ਕਰੇ। ਅਤੇ ਕਿਵੇਂ ਦੀ ਘਾਲਣਾ ਹੋਵੇ, ਮਿਹਨਤ ਕਿਵੇਂ ਦੀ ਹੋਵੇ, ਸ਼ਬਦ ਗੁਰੂ ਕੈ ਲਾਗ ਰਹੇ। ਜੇ ਕਿਤੇ ਸੇਵਕ ਇੱਦਾਂ ਦੀ ਮਿਹਨਤ ਕਰੇ, ਗੁਰਦੁਆਰੇ ਆਉਣ ਵਾਲਾ ਪ੍ਰਾਣੀ, ਗੁਰਦੁਆਰੇ ਆਉਣ ਵਾਲਾ ਸਿੱਖ ਜੇ ਇੱਦਾਂ ਦੀ ਮਿਹਨਤ ਕਰੇ, ਕਿਵੇਂ ਦੀ, ਸ਼ਬਦ ਗੁਰੂ ਕੈ ਲਾਗ ਰਹੇ, ਉਹਨੂੰ ਇਹ ਸਮਝ ਹੋਵੇ ਵੀ ਸਿੱਖ ਦਾ ਸੰਬੰਧ ਗੁਰੂ ਦੇ ਸ਼ਬਦ ਦੇ ਨਾਲ ਹੈ। ਸਾਡੀ ਯਾਤਰਾ, ਸਾਡਾ ਧਾਰਮਿਕ ਜੀਵਨ ਸ਼ਬਦ ਦੇ ਸੁਣਨ ਦੇ ਨਾਲ ਹੈ, ਨਾ ਕਿ ਸਿਰਫ ਸਰੀਰ ਕਰਕੇ ਬੈਠਣ ਦੇ ਨਾਲ ਹੈ। ਅਸੀਂ ਬਹੁਤ ਵਾਰ ਇਸ ਗੱਲ ਨੂੰ ਵਿਚਾਰਦੇ ਹਾਂ, ਜਿੰਨਾ ਜਿੰਨਾ ਅਸੀਂ ਸਰੀਰ ਲੈ ਕੇ ਬੈਠੇ ਹਾਂ ਉਹਦੇ ਵਿੱਚੋਂ ਅਸੀਂ ਵਿਚਾਰ ਨੂੰ ਸੁਣਦੇ ਹਾਂ, ਬਾਣੀ ਨੂੰ ਸੁਣਦੇ ਹਾਂ, ਅਸੀਂ ਕਹਿ ਸਕਦੇ ਹਾਂ ਵੀ ਅਸੀਂ ਸ਼ਬਦ ਦੇ ਨਾਲ ਸਾਂਝ ਪਾ ਕੇ ਅਤੇ ਗੁਰਦੁਆਰੇ ਬੈਠੇ ਹੋਏ ਹਾਂ। ਨਹੀਂ ਤਾਂ ਇਹ ਗੱਲ ਸੱਚ ਹੈ, ਭਾਵੇਂ ਅਸੀਂ 2 ਮਿੰਟ ਬੈਠਦੇ ਹਾਂ ਅਤੇ ਭਾਵੇਂ ਅਸੀਂ 20 ਮਿੰਟ ਬੈਠਦੇ ਹਾਂ ਅਤੇ ਭਾਵੇਂ 2 ਘੰਟੇ ਵੀ ਬੈਠਦੇ ਹਾਂ, ਜੇ ਸਾਨੂੰ ਇਹ ਹੀ ਨਹੀਂ ਪਤਾ ਲੱਗਦਾ ਪਿਆ ਵੀ ਗੁਰਦੁਆਰੇ ਪਾਠ ਕਿਹੜਾ ਹੋ ਰਿਹਾ ਸੀ, ਗੁਰਦੁਆਰੇ ਸ਼ਬਦ ਕਿਹੜਾ ਚੱਲਦਾ ਪਿਆ ਸੀ, ਗੁਰਦੁਆਰੇ ਕੀਰਤਨ ਕਿਸ ਬਾਣੀ ਦਾ ਸੀ, ਵਿਚਾਰ ਕਿਸ ਬਾਣੀ ਦੀ ਚੱਲਦੀ ਪਈ ਸੀ, ਇਹਦਾ ਮਤਲਬ ਅਸੀਂ ਕੰਨ ਲੈ ਕੇ ਗੁਰਦੁਆਰੇ ਆਏ ਨਹੀਂ ਸੀ। ਅਤੇ ਇਹੋ ਜਿਹਾ ਸਰੀਰ ਭਾਵੇਂ ਅਸੀਂ ਸਕੂਲਾਂ 'ਚ ਲੈ ਕੇ ਬੈਠੇ ਹੋਈਏ, ਕਾਲਜਾਂ 'ਚ ਲੈ ਕੇ ਬੈਠੇ ਹੋਈਏ, ਦੁਕਾਨਾਂ 'ਤੇ ਲੈ ਕੇ ਬੈਠੇ ਹੋਈਏ, ਸਤਿਗੁਰੂ ਕਹਿੰਦੇ ਸਾਡਾ ਸੰਬੰਧ ਗੁਰੂ ਦੇ ਨਾਲ ਤਾਂ ਨਹੀਂ ਜੁੜ ਸਕਦਾ, ਬਾਕੀ ਭਾਵੇਂ ਜਿੱਥੇ ਮਰਜ਼ੀ ਧਿਆਨ ਲੱਗਾ ਹੋਵੇ। ਇਸ ਕਰਕੇ ਸਰੀਰ ਦੀ ਸਾਧਨਾ ਦੇ ਉੱਤੇ ਸਰੀਰ ਲੈ ਕੇ ਬੈਠਿਆਂ ਹੋਇਆਂ ਬੰਦਿਆਂ ਨੂੰ ਇਹ ਲੱਗਣ ਲੱਗ ਪੈਂਦਾ ਹੈ ਵੀ ਸਾਨੂੰ ਬੜਾ ਸਮਾਂ ਹੋ ਗਿਆ ਹੈ, ਪਰ ਜੇ ਚੰਗੀ ਤਰ੍ਹਾਂ ਇਸ ਗੱਲ ਨੂੰ ਵੇਖੀਏ ਤਾਂ ਸਾਨੂੰ 2 ਮਿੰਟ ਵੀ ਨਹੀਂ ਹੋਏ ਹੁੰਦੇ ਬੈਠਿਆਂ ਨੂੰ, 2 ਮਿੰਟ ਵੀ ਨਹੀਂ ਹੋਏ ਹੁੰਦੇ ਸਾਨੂੰ ਬੈਠਿਆਂ ਨੂੰ, ਕਿਉਂਕਿ ਅਜੇ ਬੈਠਦੇ ਹਾਂ, ਧਿਆਨ ਕਿਸੇ ਹੋਰ ਪਾਸੇ ਚਲਾ ਜਾਂਦਾ ਹੈ। ਸ਼ਬਦ ਕੀ ਕਹਿ ਗਿਆ, ਕਿਹੜੀ ਗੱਲ ਹੋ ਗਈ, ਬੜਾ ਔਖਾ ਹੈ ਇਸ ਪਾਸੇ ਧਿਆਨ ਲਿਆਉਣਾ। ਔਰ ਗੁਰੂ ਸਾਹਿਬ ਕਹਿੰਦੇ ਨੇ, ਜੇ ਕਿਤੇ ਸੇਵਕ ਇਹੋ ਜਿਹੀ ਘਾਲਣਾ ਘਾਲਣੀ ਸ਼ੁਰੂ ਕਰ ਦੇਵੇ, ਮਿਹਨਤ ਕਰਨੀ ਸ਼ੁਰੂ ਕਰ ਦੇਵੇ, ਕਿਉਂਕਿ ਮਿਹਨਤ ਦਾ ਕੰਮ ਹੈ ਐਡਾ ਸੌਖਾ ਕੰਮ ਨਹੀਂ ਹੈ। ਕਿਹੜੀ ਘਾਲਣਾ ਹੈ, ਸ਼ਬਦ ਗੁਰੂ ਕੈ ਲਾਗ ਰਹੇ। ਮੈਂ ਬੇਨਤੀ ਕਰ ਦੇਵਾਂ, ਗੁਰੂ ਦੇ ਸ਼ਬਦ ਦੇ ਨਾਲ ਜੁੜਨਾ ਸ਼ੁਰੂ ਕਰ ਦੇਵੇ, ਗੁਰੂ ਦੇ ਸ਼ਬਦ ਦੇ ਨਾਲ ਆਪਣੇ ਆਪ ਨੂੰ ਛਵਾਉਣਾ ਸ਼ੁਰੂ ਕਰ ਦੇਵੇ। ਸੌਖਾ ਕਰ ਦੇਵਾਂ ਇਸ ਗੱਲ ਨੂੰ, ਆਪ ਜੀ ਸਮਝਦਾਰ ਹੋ, ਕੋਈ ਸੰਗਤ ਦੇ ਵਿੱਚ ਆ ਰਿਹਾ, ਗੁਰਦੁਆਰਾ ਸਾਹਿਬ ਆਇਆ, ਉਹਨੇ ਗੁਰਦੁਆਰੇ ਆ ਕੇ ਆਪਣਾ ਨਿਤਨੇਮ ਕਰ ਲਿਆ, ਸਵੇਰ ਵੇਲੇ ਆਇਆ, ਸ਼ਾਮ ਵੇਲੇ ਆਇਆ, ਨਿਤਨੇਮ ਕਰ ਲਿਆ, ਦੁਪਹਿਰ ਵੇਲੇ ਆਇਆ, ਸੰਗਤ ਆਉਂਦੀ ਰਹਿੰਦੀ ਹੈ, ਅਸੀਂ ਵੇਖਦੇ ਹਾਂ, ਆਪਣਾ ਸਹਿਜ ਪਾਠ ਕਰਕੇ ਮੁੜ ਗਏ। ਵਧੀਆ ਗੱਲ ਹੈ, ਭਾਵੇਂ 2 ਮਿੰਟ ਬੈਠੇ, 4 ਮਿੰਟ ਬੈਠੇ, ਘੱਟੋ ਘੱਟ ਜਿਸ ਕੰਮ ਲਈ ਗੁਰਦੁਆਰੇ ਆਏ ਸੀ ਬਹੁਤਾ ਨਹੀਂ ਤੇ ਥੋੜ੍ਹਾ ਤੇ ਉਹ ਕੰਮ ਕੀਤਾ ਹੈ ਨਾ, ਨਮਸਕਾਰ ਹੈ ਉਹਨਾਂ ਸਾਰਿਆਂ ਨੂੰ। ਪਰ ਜੇਕਰ ਆ ਕੇ ਬੰਦਾ ਗੁਰਦੁਆਰੇ ਬੈਠਾ ਹੋਇਆ ਇੱਥੇ ਫੇਸਬੁੱਕ ਚਲਾ ਕੇ ਮੁੜ ਜਾਵੇ,
ਇੱਥੇ ਬੈਠਾ ਬੰਦਾ ਸਟੇਟਸ ਹੀ ਪੜ੍ਹਦਾ ਪੜ੍ਹਦਾ ਵੇਖ ਕੇ ਵੀ ਉਹਨੇ ਕੀ ਸਟੇਟਸ ਪਾਤਾ ਅਤੇ ਉਹਨੇ ਕੀ ਲਿਖ ਦਿੱਤਾ ਅਤੇ ਮੈਂ ਉਹ ਨਵਾਂ ਵੇਖ ਲਵਾਂ ਹੁਣ ਕੀ ਹੋ ਰਿਹਾ ਹੈ। ਅਤੇ ਜੇ ਇਹੋ ਕੁਝ ਹੀ ਕਰਦਾ ਪਿਆ ਹੈ ਤਾਂ ਭਾਵੇਂ ਬੈਠਾ ਰਹੇ, 4 ਘੰਟੇ ਬੈਠਾ ਰਹੇ। ਸਤਿਗੁਰੂ ਕਹਿੰਦੇ ਤੁਸੀਂ ਤਾਂ ਘੰਟਿਆਂ ਦੀ ਗੱਲ ਕਰਦੇ, ਜੇ ਸਾਰੀ ਜ਼ਿੰਦਗੀ ਇੱਦਾਂ ਬੈਠੇ ਰਹੋ, ਜੇ ਕੁਝ ਬਣ ਜਾਏਗਾ ਤਾਂ ਮੈਨੂੰ ਦੱਸਿਓ ਫਿਰ। ਕਿਉਂਕਿ ਇਹ ਘਾਲਣਾ ਹੈ, ਇਹ ਮਿਹਨਤ ਹੈ। ਇਸ ਕਰਕੇ ਗੁਰੂ ਨਾਨਕ ਸਾਹਿਬ ਨੇ ਇਹ ਗੱਲ ਕਹਿ ਦਿੱਤੀ ਹੈ, ਸ਼ਬਦ ਨੂੰ ਕਮਾਉਣਾ ਸਿੱਖਣਾ ਅਤੇ ਇਹਦੇ ਲਈ ਪ੍ਰੈਕਟਿਸ ਕਰਨੀ ਪਵੇਗੀ, ਔਖਾ ਕੰਮ ਹੈ ਇਹਦਾ। ਦੋ ਤਰੀਕੇ ਦੀ ਘਾਲਣਾ ਹੈ ਗੁਰਮਤਿ ਦੇ ਵਿੱਚ, ਦੋ ਤਰੀਕੇ ਦੀ ਸੇਵਾ ਹੈ। ਬਹੁਤੇ ਉਹ ਨੇ ਜਿਨ੍ਹਾਂ ਦੇ ਕੋਲ ਗੁਰੂ ਨਾਨਕ ਕਿਰਪਾ ਕਰੇ ਪਹਿਲੀ ਘਾਲਣਾ ਵੀ ਨਹੀਂ ਹੈ, ਕੁਝ ਉਹ ਨੇ ਜਿਨ੍ਹਾਂ ਦੇ ਕੋਲ ਦੂਜੀ ਘਾਲਣਾ ਹੈ, ਕੁਝ ਉਹ ਨੇ ਜਿਨ੍ਹਾਂ ਦੇ ਕੋਲ ਤੀਜੀ ਘਾਲਣਾ ਵੀ ਹੈ ਅਤੇ ਚੱਲਦੇ ਪਏ ਨੇ। ਉਸ ਦੇ ਉੱਤੇ ਮੈਂ ਆਪ ਜੀ ਦੇ ਚਰਨਾਂ 'ਚ ਇਹ ਬੇਨਤੀ ਕਰਨੀ ਹੈ ਤਾਂ ਕਿ ਅਸੀਂ ਗੁਰਦੁਆਰੇ ਆਉਂਦੇ ਹਾਂ ਅਤੇ ਸਾਨੂੰ ਪਤਾ ਲੱਗੇ ਵੀ ਪਹਿਲੀ ਕਲਾਸ ਤੋਂ ਅੱਗੇ ਵੀ ਕੁਝ ਕਲਾਸਾਂ ਹੈ ਨੇ। ਇੱਕ ਹੈ ਸਾਡੀ ਫਿਜ਼ੀਕਲੀ ਸੇਵਾ, ਸਰੀਰ ਦੀ ਸੇਵਾ, ਜਿਹਦੇ ਵਿੱਚ ਸਾਡਾ ਸਰੀਰ ਇਨਵੋਲਵ ਹੋ ਜਾਂਦਾ, ਲੰਗਰ ਵਰਤਾਉਣਾ ਹੈ, ਸਾਡਾ ਸਰੀਰ ਸ਼ਾਮਿਲ ਹੋ ਜਾਂਦਾ। ਔਰ ਇਸ ਕਰਕੇ ਤੁਸੀਂ ਵੇਖੋ ਅਸੀਂ ਵਰਤਾਉਂਦੇ ਵੀ ਹਾਂ, ਗੁਰੂ ਕਿਰਪਾ ਕਰੇ। ਸੇਵਾ ਕਰਨੀ ਹੈ, ਸਫਾਈ ਕਰਨੀ ਹੈ, ਕੁਝ ਵੀ ਕਰਨਾ ਹੈ, ਇਹਨਾਂ ਸਾਰੀਆਂ ਚੀਜ਼ਾਂ ਦੇ ਵਿੱਚ ਸਾਡਾ ਸਰੀਰ ਸ਼ਾਮਿਲ ਹੋ ਜਾਂਦਾ ਹੈ। ਜਦੋਂ ਸ਼ਬਦ ਦਾ ਸਮਾਂ ਆਉਂਦਾ ਹੈ ਨਾ, ਕੀਰਤਨ ਸੁਣਨ ਦਾ ਸਮਾਂ ਆਉਂਦਾ ਹੈ, ਕਥਾ ਸੁਣਨ ਦਾ ਸਮਾਂ ਆਉਂਦਾ ਹੈ, ਨਿਤਨੇਮ ਕਰਨ ਦਾ ਸਮਾਂ ਆਉਂਦਾ ਹੈ, ਉਦੋਂ ਸਰੀਰ ਦੀ ਦੌੜ ਭੱਜ ਖਤਮ ਕਰਨੀ ਪੈਂਦੀ ਹੈ, ਸਿਰਫ ਮਨ ਦਾ ਧਿਆਨ ਰੱਖਣਾ ਪੈਂਦਾ ਵੀ ਇਹਨੂੰ ਇੱਥੇ ਰੱਖਣਾ ਹੈ। ਲੰਗਰ ਵਰਤਾਉਂਦਿਆਂ ਸਰੀਰ ਲੰਗਰ ਹਾਲ ਦੇ ਵਿੱਚ ਰੱਖਣਾ ਪਵੇਗਾ, ਸੇਵਾ ਕਰਦਿਆਂ ਸੇਵਾ ਨੂੰ ਸਰੀਰ ਆਪਣਾ ਗੁਰਦੁਆਰੇ ਰੱਖਣਾ ਪਵੇਗਾ, ਪਾਠ ਕਰਦਿਆਂ ਮਨ ਗੁਰਦੁਆਰੇ ਰੱਖਣਾ ਪਵੇਗਾ। ਮੈਂ ਆਪ ਜੀ ਦੇ ਅੱਗੇ ਇਸ ਪਾਸੇ ਦੀ ਬੇਨਤੀ ਕਰਾਂ। ਭਾਈ ਗੁਰਦਾਸ ਸਾਹਿਬ ਨੇ ਦੋਵੇਂ ਪਾਸਿਆਂ ਦੇ ਹਵਾਲੇ ਦਿੱਤੇ ਨੇ। ਗੁਰੂ ਨਾਨਕ ਸਾਹਿਬ ਕਹਿੰਦੇ ਸਿੱਖ ਹੋਵੇ ਮਿਹਨਤ ਕਰੇ, ਅਤੇ ਕਿੱਦਾਂ ਦੀ ਮਿਹਨਤ ਕਰੇ? ਪਹਿਲੀ ਗੱਲ ਹੈ ਸਰੀਰ ਦੀ ਸੇਵਾ ਦੀ। ਭਾਈ ਗੁਰਦਾਸ ਸਾਹਿਬ ਦਾ ਬਚਨ ਹੈ, ਮੁਰਦਾ ਹੋਏ ਮੁਰੀਦ ਨਾ ਗੱਲੀ ਹੋਵਣ, ਘਾਲ ਸੇਵਕ ਜੇ ਘਾਲ ਹੈ। ਜੇ ਵੀ ਸੇਵਕ ਇੱਦਾਂ ਦੀ ਮਿਹਨਤ ਕਰਨੀ ਸ਼ੁਰੂ ਕਰ ਦੇਵੇ ਵੀ ਜੇ ਗੁਰਦੁਆਰੇ ਆ ਰਿਹਾ ਹੈ, ਗੁਰੂ ਦੇ ਕੋਲ ਆ ਰਿਹਾ ਹੈ, ਅਤੇ ਉਹਨੂੰ ਲੱਗਦਾ ਵੀ ਮੈਂ ਗੁਰੂ ਦਾ ਸੇਵਕ ਬਣ ਜਾਵਾਂ, ਗੁਰੂ ਦਾ ਸਿੱਖ ਬਣ ਜਾਵਾਂ, ਅਤੇ ਉਹਦੀ ਪ੍ਰੈਕਟਿਸ ਕਿੱਦਾਂ ਦੀ ਹੋਣੀ ਚਾਹੀਦੀ ਹੈ, ਉਹਦਾ ਅਭਿਆਸ ਕੀ ਹੈ ਗੁਰਦੁਆਰੇ ਆਉਣ ਦਾ, ਵੀ ਗੁਰਦੁਆਰੇ ਆ ਕੇ ਕਰਨਾ ਕੀ ਹੈ ਉਹਨੇ? ਇਹ ਸਿਰਫ ਅਜੇ ਫਿਜ਼ੀਕਲੀ ਕੰਮ ਹੋ ਰਹੇ ਨੇ। ਭਾਈ ਗੁਰਦਾਸ ਸਾਹਿਬ ਕਹਿੰਦੇ ਨੇ ਮੁਰਦਾ ਹੋਏ ਮੁਰੀਦ, ਜਿਹੜਾ ਮੁਰੀਦ, ਮੁਰੀਦ ਦਾ ਮਤਲਬ ਹੈ ਸੇਵਕ, ਸੇਵਕ ਇੱਦਾਂ ਦਾ ਹੁੰਦਾ ਹੈ ਸਮਝ ਲਿਆ ਜਾਵੇ ਵੀ ਮੁਰਦਾ ਹੈ, ਭਾਵ ਜਿਹੜਾ ਸੇਵਾ ਤਾਂ ਕਰੇ, ਸੇਵਾ ਕਰਦਿਆਂ ਆਪਣੀਆਂ ਮਰਜ਼ੀਆਂ ਨਹੀਂ ਕਰੇਗਾ, ਸੇਵਾ ਕਰਦਿਆਂ ਇਹ ਵੇਖੇਗਾ ਵੀ ਗੁਰੂ ਨੂੰ ਕੀ ਚੰਗਾ ਲੱਗਦਾ ਹੈ, ਮੈਂ ਉਹ ਸੇਵਾ ਕਰਨੀ ਹੈ। ਇਹ ਨਹੀਂ ਵੀ ਇਹ ਮੈਨੂੰ ਚੰਗੀ ਲੱਗਦੀ ਹੈ ਅਤੇ ਮੈਂ ਤਾਂ ਕਰਦਾ ਪਿਆ ਹਾਂ, ਇਹ ਤਾਂ ਹੰਕਾਰ ਦੀ ਸੇਵਾ ਹੈ, ਗੁਰੂ ਦੀ ਸੇਵਾ ਥੋੜ੍ਹਾ ਹੈ। ਫਿਰ ਹਜ਼ੂਰ ਦੇ ਬਚਨ ਅਸੀਂ ਪੜ੍ਹਦੇ ਹਾਂ, ਸਾ ਸੇਵਾ ਕੀਤੀ ਸਫਲ ਹੈ ਜਿੱਤ ਸਤਿਗੁਰ ਕਾ ਮਨ ਮੰਨੇ, ਜਿਹਦੇ ਨਾਲ ਗੁਰੂ ਦਾ ਮਨ ਮੰਨ ਜਾਵੇ। ਜੇ ਗੁਰੂ ਦਾ ਮਨ ਹੀ ਨਹੀਂ ਮੰਨਦਾ ਪਿਆ ਤਾਂ ਫਿਰ ਆਪਣੀ ਮਰਜ਼ੀ ਦੀ ਸੇਵਾ ਕਰੀ ਜਾਣੀ, ਇਹ ਤਾਂ ਮੇਰੀ ਸ਼ਰਧਾ ਹੈ, ਇਹ ਤਾਂ ਮੇਰੀ ਭਾਵਨਾ ਹੈ, ਇਹ ਵੇਖਣਾ ਹੀ ਨਹੀਂ ਵੀ ਗੁਰੂ ਚਾਹ ਰਿਹਾ ਕਿ ਨਹੀਂ। ਇਸ ਕਰਕੇ ਸਤਿਗੁਰੂ ਕਹਿੰਦੇ ਸੇਵਾ ਕਰਨ ਲੱਗਿਆਂ ਪਹਿਲਾਂ ਆਪਣਾ ਮਨ ਮਾਰਨਾ ਪੈਂਦਾ ਹੈ। ਹੋ ਸਕਦਾ ਹੈ ਅਜੇ ਉਸ ਸੇਵਾ ਕਰਨ ਨੂੰ ਮੇਰਾ ਜੀ ਨਾ ਕਰਦਾ ਪਿਆ ਹੋਵੇ ਜਿਹੜੀ ਸੇਵਾ ਕਰਨ ਦੇ ਲਈ ਮੈਨੂੰ ਗੁਰੂ ਕਹਿ ਰਿਹਾ ਹੈ, ਅਤੇ ਜਿਹੜੀ ਸੇਵਾ ਗੁਰੂ ਨੇ ਕਹਿੰਦਾ ਪਿਆ ਉਸ ਸੇਵਾ ਕਰਨ ਨੂੰ ਮੇਰਾ ਬਹੁਤ ਮਨ ਕਰਦਾ ਪਿਆ ਹੋਵੇ, ਮਨ ਨੂੰ ਮਾਰਨਾ ਪੈਂਦਾ ਹੈ।
ਨਹੀਂ ਤਾਂ ਆਪਣੀ ਮਰਜ਼ੀ ਦੀ ਸੇਵਾ ਕਰੀ ਜਾਣੀ। ਉਹ ਕਿਸੇ ਥਾਂ ਦੇ ਉੱਤੇ ਇਸ ਗੱਲ ਨੂੰ ਪੜ੍ਹਾਇਆ ਜਾਂਦਾ ਸੀ ਵੀ ਸਕੂਲ ਦੇ ਵਿੱਚ ਮਾਸਟਰ ਆਪਣੇ ਬੱਚਿਆਂ ਨੂੰ ਕਹਿੰਦਾ ਵੀ ਬੱਚਿਓ ਸੇਵਾ ਕਰੋ, ਤੁਸੀਂ ਸਮਾਜ ਦੇ ਵਿੱਚ ਜਦੋਂ ਵਿਚਰੋ ਅਤੇ ਲੋਕਾਂ ਦੀ ਮਦਦ ਕਰੋ, ਜਿਹੜਾ ਤੁਹਾਨੂੰ ਨਜ਼ਰ ਆਉਂਦਾ ਹੈ ਕੋਈ ਬਜ਼ੁਰਗ ਨਜ਼ਰ ਆਉਂਦਾ ਬਜ਼ੁਰਗ ਦੀ ਮਦਦ ਕਰੋ, ਕਿਸੇ ਜਿਹੜਾ ਵੀ ਤੁਹਾਨੂੰ ਲੋੜਵੰਦ ਨਜ਼ਰ ਆਉਂਦਾ ਹੈ ਉਹਦੀ ਲੋੜ ਪੂਰੀ ਕਰ ਦਿਉ। ਅਗਲੇ ਦਿਨ ਬੱਚੇ ਵਾਪਸ ਸਕੂਲ ਦੇ ਵਿੱਚ ਆਏ ਅਤੇ ਪੜ੍ਹਾਉਣ ਵਾਲੇ ਨੇ ਪੁੱਛ ਲਿਆ ਵੀ ਤੁਹਾਨੂੰ ਕੱਲ੍ਹ ਦਾ ਸਬਕ ਇਹ ਦਿੱਤਾ ਸੀ ਵੀ ਤੁਸੀਂ ਮਦਦ ਕਰਨੀ ਹੈ। ਅੱਗੋਂ ਉਹ ਕਹਿੰਦੇ ਵੀ ਬਿਲਕੁਲ ਮਦਦ ਕੀਤੀ ਹੈ। ਕਹਿੰਦੇ ਕਿਹੜੀ ਮਦਦ ਕੀਤੀ ਹੈ? ਮਦਦ ਇਹ ਕੀਤੀ ਹੈ ਵੀ ਇੱਕ ਬੀਬੀ ਸੀ, ਉਹਦੇ ਕੋਲੋਂ ਸੜਕ ਨਹੀਂ ਸੀ ਪਾਰ ਹੋ ਰਹੀ, ਅਸੀਂ ਚੌਵਾਂ ਜਾਣਿਆਂ ਨੇ ਚੁੱਕ ਕੇ ਸੜਕ ਪਾਰ ਕਰਵਾ ਦਿੱਤੀ। ਅੱਗੋਂ ਕਹਿੰਦਾ ਵੀ ਇੰਨੀ ਕੀ ਲੋੜ ਪੈ ਗਈ ਵੀ ਤੁਹਾਨੂੰ ਚੌਵਾਂ ਜਾਣਿਆਂ ਦੀ ਲੋੜ ਪੈ ਗਈ, ਤੁਸੀਂ ਤਾਂ ਇਕੱਲਾ ਵੀ ਪਾਰ ਕਰਵਾ ਸਕਦੇ ਸੀ। ਉਹ ਕਹਿੰਦੇ ਮੰਨਦੀ ਨਹੀਂ ਸੀ ਪਈ, ਅਸੀਂ ਫਿਰ ਚੁੱਕ ਕੇ ਪਾਰ ਕਰਵਾ ਦਿੱਤੀ ਹੈ। ਜਿਹੜੀ ਸੇਵਾ ਦੀ ਲੋੜ ਨਹੀਂ ਹੈ ਉਹ ਵੀ ਧੱਕੇ ਦੇ ਨਾਲ ਕਰ ਦਿੱਤੀ ਜੀ, ਮੇਰੀ ਸ਼ਰਧਾ ਹੈ। ਭਾਈ ਗੁਰਦਾਸ ਸਾਹਿਬ ਕਹਿੰਦੇ ਮੁਰੀਦ ਦਾ ਪਹਿਲਾ ਲੱਛਣ ਇਹ ਹੈ ਮਰ ਜਾਵੇ। ਮਰਨ ਦਾ ਮਤਲਬ ਇਹ ਨਾ ਸੋਚੇ ਵੀ ਮੈਨੂੰ ਤਾਂ ਇਹੋ ਹੀ ਚੰਗਾ ਲੱਗਦਾ ਹੈ, ਮੈਂ ਤਾਂ ਉੱਥੇ ਝਾੜੂ ਮਾਰਨਾ। ਕੀ ਪਤਾ ਕਿਹੜੇ ਮੂੰਹ ਦੇ ਵਿੱਚੋਂ ਗੁਰੂ ਅਖਵਾ ਦੇਵੇ ਵੀ ਜਾ ਜਾ ਕੇ ਕਿਸੇ ਉਸ ਥਾਂ ਦੇ ਉੱਤੇ ਹੱਥ ਮਾਰ ਜਿੱਥੇ ਕੋਈ ਵੀ ਨਹੀਂ ਹੱਥ ਮਾਰਨ ਦੇ ਲਾਰੀ ਰਾਜੀ, ਤੂੰ ਹੱਥ ਮਾਰ ਦੇ ਉੱਥੇ ਜਾ ਕੇ। ਔਰ ਮਾਰਦੀ ਹੈ ਸੰਗਤ ਦੇ ਵਿੱਚ ਕੋਈ ਸ਼ੱਕ ਨਹੀਂ ਹੈ, ਇਹ ਗੁਰੂ ਨਾਨਕ ਦਾ ਘਰ ਹੈ ਤਾਂ ਹੀ ਇੰਨਾ ਸਾਫ਼ ਹੁੰਦਾ ਹੈ। ਮੈਂ ਵਾਰ ਵਾਰ ਕਹਿੰਦਾ ਹੁੰਦਾ ਵੀ ਜੇ ਕਿਤੇ ਤਨਖਾਹਦਾਰਾਂ ਦੇ ਕੋਲੋਂ ਅਤੇ ਪੈਸੇ ਦੇਣ ਵਾਲਿਆਂ ਦੇ ਧਿਆਨ ਦੇ ਵਿੱਚ ਰੱਖਿਆ ਜਾਵੇ ਨਾ ਵੀ ਗੁਰਦੁਆਰਾ ਸਾਫ਼ ਰੱਖਣ, ਫਿਰ ਉਹੋ ਜਿਹੇ ਹਾਲਾਤ ਹੋ ਜਾਣਗੇ ਜਿੱਦਾਂ ਬਾਕੀਆਂ ਥਾਵਾਂ 'ਤੇ ਹੁੰਦੇ ਨੇ ਜਿੱਥੇ ਪੈਸੇ ਲੈ ਲੈ ਕੇ ਲੋਕ ਕੰਮ ਕਰਦੇ ਨੇ। ਇਹ ਗੁਰੂ ਨਾਨਕ ਦਾ ਘਰ ਹੈ, ਪੈਸੇ ਲੈਣ ਤੋਂ ਬਿਨਾਂ ਲੋਕ ਇੱਥੇ ਜਦੋਂ ਸਫਾਈ ਕਰਦੇ ਨੇ ਤਾਂ ਉਹ ਸਫਾਈ ਬੜੇ ਪਿਆਰ ਵਾਲੀ ਹੁੰਦੀ ਹੈ। ਇਹ ਤੁਸੀਂ ਗੁਰਦੁਆਰਿਆਂ ਦਾ ਕਿਤੇ ਵੀ ਮਾਹੌਲ ਵੇਖ ਲਓਗੇ, ਤੁਹਾਨੂੰ ਗੁਰਦੁਆਰਾ ਜ਼ਰੂਰ ਸਾਫ਼ ਨਜ਼ਰ ਆਵੇਗਾ। ਮੁਰਦਾ ਹੋਏ ਮੁਰੀਦ ਨਾ ਗੱਲੀ ਹੋਵਣਾ, ਸਾਬਰ ਸਿਦਕ ਸ਼ਹੀਦ ਭਰਮ ਭਉ ਖੋਵਣਾ। ਸਬਰ ਵਾਲਾ ਹੋਵੇ, ਸਿਦਕ ਵਾਲਾ ਹੋਵੇ, ਕਾਲਾ ਨਾ ਹੋਵੇ, ਹੋਸ਼ਾ ਨਾ ਹੋਵੇ ਵੀ ਹੁਣੇ ਗੱਲ ਬੋਲੀ ਹੈ ਅਤੇ ਹੁਣੇ ਰਿਐਕਸ਼ਨ ਕਰ ਦਿੱਤਾ, ਉਸੇ ਵੇਲੇ ਰਿਐਕਟ ਕਰ ਦੇਣਾ ਉਸੇ ਗੱਲ ਦੇ ਉੱਤੇ। ਸਾਬਰ ਸਿਦਕ ਸ਼ਹੀਦ ਭਰਮ ਭਉ ਖੋਵਣਾ। ਜੋ ਗੁਰਦੁਆਰੇ ਆ ਰਹੇ ਹਾਂ ਅਤੇ ਆਹ ਵੀ ਚੀਜ਼ਾਂ ਜ਼ਿੰਦਗੀ ਦੇ ਵਿੱਚ ਆਉਣੀਆਂ ਚਾਹੀਦੀਆਂ ਨੇ ਨਾ। ਗੁਰੂ ਨਾਨਕ ਸਾਹਿਬ ਕਹਿੰਦੇ ਸਿੱਖ ਮੇਰੇ ਕੋਲ ਬੈਠ ਕੇ ਪੜ੍ਹਾਈ ਵੀ ਤੇਰੀ ਪੜ੍ਹਾਈ ਕੀ ਹੈ, ਤੂੰ ਸਕੂਲ ਦੇ ਵਿੱਚ ਆਇਆ ਹੈ ਮੇਰੇ ਘਰ ਦੇ ਵਿੱਚ ਆਇਆ ਹੈ ਅਤੇ ਉਹਦੇ ਨਿਯਮ 'ਤੇ ਪਤਾ ਕਰ ਲੈ ਨਾ ਵੀ ਆਹ ਨਿਯਮ ਹੈ, ਇੱਦਾਂ ਕਰ। ਗੋਲਾ ਮੁੱਲ ਖਰੀਦ ਕਾਰੇ ਜੋਬਣਾ, ਕਹਿੰਦੇ ਇਹ ਬਿਲਕੁਲ ਇੱਦਾਂ ਦੀ ਗੱਲ ਹੈ। ਪੁਰਾਣੇ ਸਮਿਆਂ ਦੇ ਵਿੱਚ ਹੁਣ ਤਾਂ ਨੌਕਰ ਤਨਖਾਹਾਂ 'ਤੇ ਰੱਖੇ ਜਾਂਦੇ ਨੇ, ਉਦੋਂ ਗੁਲਾਮ ਖਰੀਦ ਲਏ ਜਾਂਦੇ ਸੀ, ਪੈਸੇ ਦੇ ਦਿੱਤੇ ਜਾਂਦੇ ਸੀ ਮਾਲਕਾਂ ਨੂੰ, ਪੈਸੇ ਦੇ ਦਿੱਤੇ ਅਤੇ ਬਸ ਗੱਲ ਖਤਮ ਹੋ ਗਈ। ਜਿਹੜਾ ਖਰੀਦਿਆ ਗਿਆ ਹੈ, ਅਸੀਂ ਜ਼ਮੀਨ ਖਰੀਦ ਲਈ, ਬੈ ਕਰਵਾ ਲਈ, ਹੁਣ ਜ਼ਮੀਨ ਦਾ ਕੀ ਜਾਂ ਦੂਸਰੇ ਮਾਲਕ ਦਾ ਕੀ ਕੰਮ ਰਹਿ ਗਿਆ ਹੈ? ਉੱਥੇ ਅਸੀਂ ਖਰੀਦ ਲਿਆ, ਅਸੀਂ ਜਿੱਦਾਂ ਮਰਜ਼ੀ ਚਾਹੀਏ ਉਹਨੂੰ ਵਰਤ ਸਕਦੇ ਹਾਂ। ਗੋਲਾ ਮੁੱਲ ਖਰੀਦ ਕਾਰੇ ਜੋਗਣਾ, ਜਿਸ ਤਰ੍ਹਾਂ ਕਿਸੇ ਗੋਲੇ ਨੂੰ ਕਿਸੇ ਨੌਕਰ ਨੂੰ ਮੁੱਲ ਖਰੀਦ ਲਿਆ ਜਾਂਦਾ ਅਤੇ ਫਿਰ ਕੰਮ 'ਤੇ ਲਗਾ ਦਿੱਤਾ ਜਾਂਦਾ ਹੈ, ਅਤੇ ਭਾਈ ਗੁਰਦਾਸ ਸਾਹਿਬ ਕਹਿੰਦੇ ਉਹ ਫਿਰ ਪਤਾ ਕੀ ਕਰਦਾ ਹੈ? ਨਾ ਤਿਸ ਭੁੱਖ ਨਾ ਨੀਂਦ ਨਾ ਖਾਣਾ ਸੋਵਣਾ, ਉਹਨੂੰ ਫਿਰ ਆਪਣੀ ਭੁੱਖ ਦੀ ਪਰਵਾਹ ਨਹੀਂ ਹੁੰਦੀ, ਉਹਨੂੰ ਖਾਣ ਪੀਣ ਦੀ ਪਰਵਾਹ ਨਹੀਂ ਹੈ, ਉਹਨੂੰ ਇਹ ਵੀ ਨਹੀਂ ਹੈ ਵੀ ਮੈਂ ਆਪਣੀ ਨੀਂਦ ਕਿਹੜੇ ਵੇਲੇ ਪੂਰੀ ਕਰਨੀ ਹੈ। ਜਦੋਂ ਮੁੱਲ ਹੀ ਖਰੀਦ ਲਿਆ ਹੈ, ਮਾਲਕ ਦੀ ਜਦੋਂ ਮਰਜ਼ੀ ਚੁੱਕ ਕੇ ਲਾ ਦੇਵੇ ਕੰਮ ਦੇ ਉੱਤੇ। ਨਾ ਤਿਸ ਭੁੱਖ ਨਾ ਨੀਂਦ ਨਾ ਖਾਣਾ ਸੋਵਣਾ, ਪੀਹਣ ਹੋਏ ਜਦੀਦ ਪਾਣੀ ਢੋਵਣਾ। ਕਹਿੰਦੇ ਸਿੱਖ ਇੱਦਾਂ ਦਾ ਕੰਮ ਕਰੇ। ਪੁਰਾਣੇ ਸਮੇਂ ਦੇ ਵਿੱਚ ਤੁਸੀਂ ਵੇਖਦੇ ਹੋ ਚੱਕੀਆਂ ਜਿਹੜੀਆਂ ਸੀ ਉਹ ਹੱਥ ਦੇ ਨਾਲ ਚੱਲਦੀਆਂ ਸੀ ਅਤੇ ਇੰਨੀ ਸੰਗਤ ਆਉਣੀ ਹੈ ਅਤੇ ਸੰਗਤ ਨੂੰ ਪਹਿਲੀ ਗੱਲ ਤਾਂ ਪ੍ਰਸ਼ਾਦਾ ਦਿੱਤਾ ਹੀ ਜਾਣਾ ਹੈ, ਅਤੇ ਉਹ ਜਿਹੜਾ ਪ੍ਰਸ਼ਾਦਾ ਦੇਣਾ ਹੈ ਉਹ ਆਟਾ ਉਹਦੇ ਲਈ ਪੀਸਿਆ ਜਾਣਾ ਹੈ, ਕਣਕ ਪੀਸੀ ਜਾਣੀ ਹੈ,
ਉਹਦੇ ਲਈ ਚੱਕੀਆਂ ਚਲਾਉਣੀਆਂ ਪੈਣੀਆਂ ਨੇ। ਤਾਂ ਚੱਕੀਆਂ ਚਲਾਉਣ ਵਾਲਾ ਕੰਮ ਹਿੰਮਤੀ ਬੰਦਿਆਂ ਦਾ, ਸਾਰੇ ਜਾਣੇ ਨਹੀਂ ਚਲਾ ਸਕਦੇ। ਔਰ ਇੱਦਾਂ ਕਰੇ ਪੀਹਣ ਹੋਏ ਜਦੀਦ ਪਾਣੀ ਢੋਵਣਾ, ਆਹ ਸੇਵਾ ਕਰੇ। ਇਹ ਫਿਜ਼ੀਕਲੀ ਹੈ ਸਾਰੀ, ਕਿਸੇ ਨੂੰ ਪਾਣੀ ਪਿਆਉਣਾ ਹੈ, ਸਰੀਰ ਇਨਵੋਲਵ ਕਰਨਾ ਪਵੇਗਾ। ਮਨ ਨਹੀਂ ਵੀ ਕਿਸੇ ਵੇਲੇ ਮੰਨਦਾ, ਦੋ ਮਿੰਟ ਦੇ ਵਿੱਚ ਫਿਰ ਵੀ ਆਖੇ ਲੱਗ ਗਏ ਕਿ ਚਲੋ ਬਜ਼ੁਰਗ ਨੇ ਕਹਿ ਦਿੱਤਾ ਸੀ, ਵੱਡੇ ਨੇ ਕਹਿ ਦਿੱਤਾ ਸੀ, ਮੈਂ ਆਖੇ ਲੱਗ, ਕਿਉਂਕਿ ਕਿੰਨਾ ਕੁ ਟਾਈਮ ਹੈ, ਇੱਕ ਮਿੰਟ ਦੇ ਵਿੱਚ ਪਾਣੀ ਦਾ ਗਲਾਸ ਫੜਾ ਦਿੱਤਾ ਜਾਂਦਾ, ਕਿੱਡਾ ਕੁ ਵੱਡਾ ਕੰਮ ਹੈ, ਅਸੀਂ ਕਰ ਲੈਂਦੇ ਹਾਂ। ਪੀਹਣ ਹੋਏ ਜਦੀਦ ਪਾਣੀ ਢੋਵਣਾ, ਪੱਖੇ ਦੀ ਤਾਗੀਦ। ਉਦੋਂ ਬਿਜਲੀ ਨਹੀਂ ਸੀ ਹੁੰਦੀ, ਪੱਖਾ ਝੱਲਿਆ ਜਾਂਦਾ ਸੀ ਗਰਮੀਆਂ ਦੇ ਵਿੱਚ ਸੰਗਤਾਂ ਨੂੰ। ਹੁਣ ਵੀ ਤੁਸੀਂ ਕਿਤੇ ਪੁਰਾਣੇ ਗੁਰਦੁਆਰਿਆਂ ਦੀਆਂ ਫੋਟੋਆਂ ਵੇਖ ਲਵੋਗੇ, ਤੁਹਾਨੂੰ ਉਹ ਨਜ਼ਰ ਆ ਜਾਣਗੇ। ਦੀਵਾਨ ਲੱਗਦਾ ਹੈ ਅਤੇ ਇੱਕ ਵੱਡਾ ਸਾਰਾ ਪੱਖਾ ਜਿਹੜਾ ਹੈ ਉਹ ਸੰਗਤ ਦੇ ਵਿੱਚ ਬੈਠਾ ਸੇਵਾਦਾਰ ਚੱਲਦਾ ਪਿਆ ਹੁੰਦਾ। ਭਾਈ ਗੁਰਦਾਸ ਸਾਹਿਬ ਕਹਿੰਦੇ ਇੱਦਾਂ ਫਿਜ਼ੀਕਲੀ ਇਨਵੋਲਵ ਹੋਵੇ, ਇਹ ਵੇਖੇ, ਇਹ ਨਹੀਂ ਵੀ ਹੁਣ ਇੱਥੇ ਪੱਖੇ ਚੱਲਦੇ ਪਏ ਨੇ ਤਾਂ ਵਿੱਚ ਹੀ ਆ ਜਾਏ ਪੱਖਾ ਲੈ ਕੇ, ਵੀ ਮੈਂ ਤਾਂ ਪੱਖਾ ਚੱਲਣਾ ਹੈ। ਨਹੀਂ, ਜਿੱਥੇ ਫਿਜ਼ੀਕਲੀ ਆਪਣੇ ਆਪ ਨੂੰ, ਸਰੀਰਕ ਤੌਰ ਦੇ ਉੱਤੇ ਆਪਣੇ ਆਪ ਨੂੰ ਅਰਪਣ ਦੀ ਲੋੜ ਹੈ, ਜਿੱਥੇ ਸਫਾਈ ਨਹੀਂ ਹੋ ਰਹੀ, ਉੱਥੇ ਦੂਜਿਆਂ ਨੂੰ ਜੇ ਆਵਾਜ਼ ਮਾਰਦਾ ਪਿਆ ਵੀ ਉਹ ਆ ਕੇ ਸਫਾਈ ਕਰੇ, ਉੱਥੇ ਆਪ ਕਿਉਂ ਨਹੀਂ ਤੁਰ ਪੈਂਦਾ ਕਰਨ ਦੇ ਲਈ? ਗਲਤ ਸਰੀਰ ਇਨਵੋਲਵ ਕਰਨ ਦੀ ਹੈ ਨਾ, ਇਹ ਸਿਰਫ ਸਰੀਰ ਦੇ ਪੱਧਰ ਦੀ ਸੇਵਾ ਹੈ ਅਜੇ। ਪੀਹਣ ਹੋਏ ਜਦੀਦ ਪਾਣੀ ਢੋਵਣਾ, ਪੱਖੇ ਦੀ ਤਾਗੀਦ ਪੱਗ ਮਲ ਧੋਵਣਾ, ਫਿਰ ਵੀ ਨਿਮਰਤਾ ਦੇ ਵਿੱਚ ਸੰਗਤ ਦੇ ਅਧੀਨ ਹੋ ਕੇ ਰਵੇ। ਇਹ ਨਾ ਕਹੇ ਵੀ ਮੈਂ ਬੜੀ ਸੇਵਾ ਕਰ ਲੈਣਾ ਅਤੇ ਹੁਣ ਮੇਰੇ ਕੋਲ ਬਹੁਤ ਕੁਝ ਹੈ। ਪੱਖੇ ਦੀ ਤਾਗੀਦ ਪੱਗ ਮਲ ਢੋਵਣਾ ਅਤੇ ਭਾਈ ਗੁਰਦਾਸ ਸਾਹਿਬ ਕਹਿੰਦੇ ਸੇਵਕ ਹੋਏ ਸੰਜੀਦ। ਸੰਜੀਦ ਦਾ ਅਰਥ ਹੁੰਦਾ ਗੰਭੀਰ ਕਿਸਮ ਦਾ, ਨਾ ਹੱਸਣ ਰੋਵਣਾ। ਇਹ ਨਹੀਂ ਵੀ ਨਿੱਕੀ ਜਿਹੀ ਗੱਲ ਦੇ ਉੱਤੇ ਏਡੇ ਬੁਰੇ ਤਰੀਕੇ ਦੇ ਨਾਲ ਹੱਸੇ ਕਿ ਦੂਸਰੇ ਨੂੰ ਲੱਗੇ ਕਿ ਇਹ ਮੇਰੇ ਉੱਤੇ ਹੱਸਿਆ ਜਾ ਰਿਹਾ ਹੈ। ਅਤੇ ਇਹ ਵੀ ਨਹੀਂ ਵੀ ਦੁੱਖ ਆ ਗਿਆ ਹੈ ਅਤੇ ਰੋਈ ਹੀ ਜਾਵੇ, ਵੀ ਬਸ ਉਹਨੂੰ ਇੰਝ ਲੱਗਿਆ ਵੀ ਮੇਰੇ ਨਾਲ ਹੀ ਸਾਰਾ ਕੁਝ ਵਾਪਰ ਗਿਆ ਹੈ। ਭਾਈ ਗੁਰਦਾਸ ਸਾਹਿਬ ਕਹਿੰਦੇ ਗੰਭੀਰ ਹੋਣਾ ਚਾਹੀਦਾ ਹੈ। ਮੈਂ ਬੇਨਤੀ ਸ਼ੁਰੂ ਦੇ ਵਿੱਚ ਕਰ ਚੁੱਕਾ ਹਾਂ, ਹਰ ਗੱਲ ਦੇ ਉੱਤੇ ਉਸੇ ਵੇਲੇ ਰਿਐਕਟ ਕਰ ਦੇਣ ਵਾਲੇ ਬੰਦੇ, ਅਜੇ ਸੇਵਕੀ ਵਾਲਾ ਭਾਵ ਜਾਗਿਆ ਨਹੀਂ ਹੈ। ਇਹ ਨਹੀਂ ਵੀ ਕਿਸੇ ਨੇ ਗੱਲ ਕਹੀ ਅਤੇ ਗੱਲ ਕਹਿ ਕੇ ਤਾਂ ਜਾਵੇ ਕਿੱਥੇ ਅਗਲਾ, ਜਦੋਂ ਤੱਕ, ਕਿਉਂਕਿ ਸਾਡਾ ਸੰਬੰਧ ਹੀ ਇਹ ਹੈ ਜੋ ਮੈਂ ਪੜ੍ਹਿਆ ਹੈ ਔਰ ਹੈ ਵੀ ਸੱਚ ਹੈ। ਅਸੀਂ ਬਹੁਤਿਆਂ ਦੀਆਂ ਗੱਲਾਂ ਇਸ ਕਰਕੇ ਨਹੀਂ ਸੁਣਦੇ ਵੀ ਸਾਨੂੰ ਸਮਝ ਆ ਜਾਣ, ਅਸੀਂ ਬਹੁਤਿਆਂ ਦੀਆਂ ਗੱਲਾਂ ਇਸ ਕਰਕੇ ਸੁਣਦੇ ਹਾਂ ਵੀ ਅਗਲੇ ਨੂੰ ਜਵਾਬ ਕੀ ਦੇਣਾ ਹੈ। ਮੈਂ ਅੰਦਰ ਅੰਦਰ ਉਹਦੀ ਗੱਲ ਸੁਣਦਾ ਸੁਣਦਾ ਜਵਾਬ ਤਿਆਰ ਕਰ ਰਿਹਾ ਨਾ ਵੀ ਤੂੰ ਚੁੱਪ ਤਾਂ ਕਰ, ਤੈਨੂੰ ਮੈਂ ਦੱਸਾਂਗਾ ਵੀ ਮੈਂ ਕੀ ਬੋਲਣਾ ਹੈ। ਫਿਰ ਸੰਜੀਦਾ ਨਹੀਂ ਹੋਇਆ ਜਾਂਦਾ, ਗੰਭੀਰ ਨਹੀਂ ਹੋਇਆ ਜਾਂਦਾ। ਔਰ ਮੈਂ ਵਾਰ ਵਾਰ ਇਸ ਗੱਲ ਦੀ ਬੇਨਤੀ ਕਰਦਾ ਹੁੰਦਾ, ਇੰਨਾ ਗੰਭੀਰ ਹੈ ਭਾਈ ਗੁਰਦਾਸ ਸਾਹਿਬ ਦਾ ਬਚਨ ਹੈ, ਗੁਰਸਿੱਖੀ ਗੁਰਸਿੱਖ ਸੁਣ ਅੰਦਰ ਸਿਆਣਾ ਬਾਹਰ ਭੋਲਾ। ਸਿੱਖਿਆ ਨੂੰ ਸੁਣਦਾ ਹੈ, ਗੁਰੂ ਦੇ ਸ਼ਬਦ ਦੇ ਉੱਤੇ ਚੱਲਦਾ ਹੈ, ਅੰਦਰੋਂ ਬਿਲਕੁਲ ਇੰਨਾ ਸਿਆਣਾ ਅਤੇ ਇੰਨਾ ਡੂੰਘਾ ਹੈ, ਪਰ ਹੋ ਕੀ ਰਿਹਾ ਹੈ, ਬਾਹਰ ਭੋਲਾ, ਬਾਹਰੋਂ ਬਿਲਕੁਲ ਭੋਲਾ ਹੋ ਕੇ ਬਣਿਆ। ਹਰ ਗੱਲ ਦੇ ਉੱਤੇ ਜਦੋਂ ਅਸੀਂ ਰਿਐਕਟ ਕਰਨਾ ਸ਼ੁਰੂ ਕਰ ਦਿੰਦੇ ਹਾਂ ਫਿਰ ਅਸੀਂ ਹੋਸ਼ੇ ਹੋ ਜਾਂਦੇ ਹਾਂ। ਉਹਦਾ ਇੱਕ ਬੜਾ ਕਮਾਲ ਦਾ ਸਾਡਾ ਪਾਸਾ ਹੈ, ਕੁਝ ਬੋਲ ਅਸੀਂ ਜਦੋਂ ਸੋਚਦੇ ਨੇ ਵੀ ਮੈਂ ਹੁਣੇ ਹੀ ਬੋਲ ਦੇਵਾਂ, ਰੱਬ ਨਾ ਕਰੇ ਸਾਡਾ ਮੌਕਾ ਹੀ ਨਾ ਬਣੇ, ਸਾਡੇ ਕੋਲੋਂ ਬੋਲਿਆ ਹੀ ਨਾ ਜਾਵੇ। ਇੱਕ ਦਿਨ ਲੰਘ ਗਿਆ, ਦੋ ਦਿਨ ਲੰਘ ਗਏ, ਫਿਰ ਅਸੀਂ ਹੌਲੀ ਹੌਲੀ ਕਹਿ ਦਿੰਦੇ ਵੀ ਚੱਲ ਛੱਡ ਪਰਾਂ, ਕੋਈ ਨਹੀਂ, ਹੁਣ ਲੰਘ ਹੀ ਗਿਆ, ਮੌਕਾ ਹੀ ਲੰਘ ਗਿਆ। ਅਤੇ ਜੇ ਹੋ ਸਕਦਾ ਉਸ ਮੌਕੇ ਦੇ ਉੱਤੇ ਗੱਲ ਇਹੋ ਜਿਹੀ ਕਹਿ ਦਿੱਤੀ ਜਾਂਦੀ ਜਿਹੜੀ ਸਾਰੀ ਜ਼ਿੰਦਗੀ ਨਾ ਭੁੱਲਦੀ ਹੈ, ਤਾਂ ਟਾਈਮ ਲੰਘਾਉਣ ਵਾਲੀ ਗੱਲ ਹੈ ਨਾ। ਮੈਂ ਇਹ ਨਹੀਂ ਕਹਿੰਦਾ ਕਿ ਬੋਲਣਾ ਹੀ ਨਹੀਂ ਹੈ, ਪਰ ਭਾਈ ਗੁਰਦਾਸ ਸਾਹਿਬ ਕਹਿੰਦੇ ਸੰਜੀਦਾ ਕਿਸਮ ਦਾ ਹੋਵੇ। ਜੇ ਸੇਵਕੀ ਸਿੱਖ ਦਾ ਪਿਆ ਹੈ ਨਾ, ਸਿੱਖੀ ਸਿੱਖ ਦਾ ਪਿਆ ਹੈ,
ਅਤੇ ਗੰਭੀਰ ਕਿਸਮ ਦਾ ਹੋਵੇ, ਐਵੇਂ ਹਰ ਗੱਲ ਦੇ ਉੱਤੇ ਹੱਸਣਾ ਨਾ ਸ਼ੁਰੂ ਕਰ ਦੇਵੇ ਅਤੇ ਹਰ ਗੱਲ ਦੇ ਉੱਤੇ ਰੋਣਾ ਵਾ ਨਾ ਸ਼ੁਰੂ ਕਰ ਦੇਵੇ। ਸੇਵਕ ਹੋਏ ਸੰਜੀਦ, ਨਾ ਹੱਸਣ ਰੋਵਣਾ। ਫਿਰ ਕਹਿੰਦੇ ਜੇ ਇੱਦਾਂ ਦੀ ਹੋਵੇ, ਜੇ ਇੱਦਾਂ ਦੀ ਕਿਤੇ ਰਹਿਤ ਜ਼ਿੰਦਗੀ ਦੇ ਵਿੱਚ ਹੋ ਜਾਵੇ ਤਾਂ ਫਿਰ ਕਹਿੰਦੇ ਨੇ ਦਰ ਦਰਵੇਸ਼ ਰਸੀਦ ਪਿਰਮ ਰਸ ਭੋਵਣਾ। ਰਸੀਦ ਦਾ ਅਰਥ ਹੁੰਦਾ ਚਲੇ ਜਾਣਾ। ਰੱਬ ਦੇ ਘਰ ਦਾ ਦਰਵੇਸ਼ ਇੱਦਾਂ ਬਣ ਸਕਦਾ ਹੈ, ਜੋ ਲਿਖਿਆ ਹੈ ਇਹ ਫਿਜ਼ੀਕਲੀ ਗੱਲ ਹੈ ਵੀ ਜੇ ਕਿਤੇ ਇੱਦਾਂ ਕਰਨਾ ਸ਼ੁਰੂ ਕਰ ਦੇਵੇ, ਜੋ ਪਿੱਛੇ ਹੈ ਸਾਰੀ ਇਸ ਪੌੜੀ ਦੇ ਵਿੱਚ, ਦਰ ਦਰਵੇਸ਼ ਰਸੀਦ ਪਿਰਮ ਰਸ ਭੋਵਣਾ, ਚੰਦ ਮੁਬਾਰਕ ਈਦ ਪੁੱਗ ਖਲੋਵਣਾ। ਜਿੱਦਾਂ ਲੋਕ ਈਦ ਦੇ ਚੰਦ ਦਾ ਬੜਾ ਸਤਿਕਾਰ ਕਰਦੇ ਨੇ ਨਾ, ਭਾਈ ਗੁਰਦਾਸ ਸਾਹਿਬ ਕਹਿੰਦੇ ਇੱਦਾਂ ਉਹ ਬੰਦਾ ਮੁਬਾਰਕ ਹੋ ਜਾਂਦਾ ਹੈ, ਇੱਦਾਂ ਉਹ ਬੰਦਾ ਪ੍ਰਵਾਨ ਹੋ ਜਾਂਦਾ ਵੀ ਵਾਕਿਆ ਇਸ ਬੰਦੇ ਨੇ ਇਹ ਘਾਲਣਾ ਘਾਲੀ ਹੈ। ਮੈਂ ਫਿਰ ਦੁਹਰਾ ਦੇਵਾਂ, ਮੁਰਦਾ ਹੋਏ ਮੁਰੀਦ ਨਾ ਗੱਲੀ ਹੋਵਣਾ, ਸਾਬਰ ਸਿਦਕ ਸ਼ਹੀਦ ਭਰਮ ਭਉ ਖੋਵਣਾ। ਗੋਲਾ ਮੁੱਲ ਖਰੀਦ ਕਾਰੇ ਜੋਵਣਾ, ਨਾ ਤਿਸ ਭੁੱਖ ਨਾ ਨੀਂਦ ਖਾਣਾ ਸੋਵਣਾ। ਪੀਹਣ ਹੋਏ ਜਦੀਦ ਪਾਣੀ ਢੋਵਣਾ, ਪੱਖੇ ਦੀ ਤਾਗੀਦ ਪੱਗ ਮਲ ਧੋਵਣਾ। ਸੇਵਕ ਹੋਏ ਸੰਜੀਦ ਨਾ ਹੱਸਣ ਰੋਵਣਾ। ਫਿਰ ਉਹ ਕਹਿੰਦੇ ਨੇ ਜੇ ਕਿਤੇ ਦਰ ਦਰਵੇਸ਼ ਰਸੀਦ ਪਿਰਮ ਰਸ ਭੋਵਣਾ, ਚੰਦ ਮੁਬਾਰਕ ਈਦ ਪੁੱਗ ਖਲੋਵਣਾ। ਜਿੱਦਾਂ ਈਦ ਦੇ ਚੰਦ ਦਾ ਸਤਿਕਾਰ ਕੀਤਾ ਜਾਂਦਾ ਹੈ, ਉੱਦਾਂ ਉਸ ਸਿੱਖ ਦਾ ਸਤਿਕਾਰ ਕੀਤਾ ਜਾਂਦਾ ਹੈ। ਇਹ ਹੈ ਫਿਜ਼ੀਕਲੀ। ਸਤਿਗੁਰੂ ਕਹਿੰਦੇ ਘੱਗੇ ਘਾਲ ਸੇਵਕ ਜੇ ਘਾਲ ਹੈ, ਜੇ ਕਿਤੇ ਇੱਦਾਂ ਦੀ ਸੇਵਾ ਕਰਨੀ ਸ਼ੁਰੂ ਕਰ ਦੇਵੇ। ਇਹ ਤਾਂ ਸਰੀਰਕ ਸੇਵਾ ਹੈ, ਇਹ ਸੌਖੀ ਹੈ ਕਰਨੀ। ਇਹ ਇਸ ਕਰਕੇ ਸੌਖੀ ਹੈ ਵੀ ਇਹਦੇ ਵਿੱਚ ਸਾਡਾ ਸਰੀਰ ਇਨਵੋਲਵ ਹੋ ਰਿਹਾ ਹੈ, ਸਾਨੂੰ ਲੱਗਦਾ ਪਿਆ ਵੀ ਅਸੀਂ ਕੁਝ ਕਰਦੇ ਪਏ ਹਾਂ। ਪਰ ਇਸ ਸੇਵਾ ਤੋਂ ਅੱਗੇ ਇੱਕ ਸੇਵਾ ਹੈ ਜਿਹਦੇ ਵਿੱਚ ਸਰੀਰ ਰੁਕ ਜਾਂਦਾ ਹੈ, ਇਕੱਲਾ ਮਨ ਚੱਲਦਾ ਹੈ। ਫਿਰ ਅਸੀਂ ਗੁਰਦੁਆਰੇ ਤੋਂ ਬਾਹਰ ਵੀ ਹੋਵਾਂਗੇ, ਮਨ ਉਹੀ ਸੇਵਾ ਕਰਦਾ ਪਿਆ ਹੋਵੇਗਾ। ਕਿਤੇ ਵੀ ਚੱਲਦੇ ਹੋਵਾਂਗੇ, ਫਿਰ ਉਹ ਸੇਵਾ ਆਪਣੇ ਆਪ ਹੀ ਚੱਲਦੀ ਪਈ ਹੈ। ਇਸ ਸੇਵਾ ਨੂੰ ਗੁਰਬਾਣੀ ਦੇ ਵਿੱਚ ਇਹ ਗੱਲ ਕਹੀ ਹੈ, ਗੁਰ ਕੀ ਸੇਵਾ ਸ਼ਬਦ ਵਿਚਾਰ। ਤੁਸੀਂ ਜਿੱਥੇ ਚੱਲੇ ਸ਼ਬਦ ਤੁਹਾਡੇ ਨਾਲ ਚੱਲ ਗਿਆ। ਜੇ ਤਾਂ ਅਸੀਂ ਸ਼ਬਦ ਦੇ ਅਨੁਸਾਰੀ ਹੋ ਗਏ, ਸ਼ਬਦ ਦੀ ਸੇਵਾ ਕਰ ਲਈ, ਗੁਰੂ ਦੀ ਸੇਵਾ ਕਰ ਲਈ। ਜੇ ਸ਼ਬਦ ਤੋਂ ਪਰੇ ਚਲੇ ਗਏ, ਨਹੀਂ ਹੋਈ ਸ਼ਬਦ ਦੀ ਸੇਵਾ। ਹੋਰ ਗੁਰੂ ਦਾ ਮਤਲਬ ਕੀ ਹੈ? ਗੁਰ ਮੇਰਾ ਸੰਗ ਸਦਾ ਹੈ ਨਾਲੇ। ਇਹੋ ਹੀ ਤਾਂ ਮਤਲਬ, ਮੈਂ ਜਿੱਥੇ ਜਾ ਰਿਹਾ ਜਪਜੀ ਸਾਹਿਬ ਮੇਰੇ ਨਾਲ ਜਾ ਰਿਹਾ, ਮੈਂ ਜਿੱਥੇ ਜਾ ਰਿਹਾ ਰਹਿਰਾਸ ਮੇਰੇ ਨਾਲ ਜਾ ਰਹੀ ਹੈ, ਮੈਂ ਜਿੱਥੇ ਜਾ ਰਿਹਾ ਸੋਹਿਲਾ ਸਾਹਿਬ ਮੇਰੇ ਨਾਲ ਜਾ ਰਿਹਾ। ਇਹ ਥੋੜ੍ਹਾ ਵੀ ਅੱਜ ਮੈਂ ਫਲਾਣੇ ਰਿਸ਼ਤੇਦਾਰ ਦੇ ਘਰ ਗਿਆ ਸੀ ਅਤੇ ਮੈਨੂੰ ਸੋਹਿਲਾ ਸਾਹਿਬ ਕਰਨ ਦਾ ਚੇਤਾ ਹੀ ਨਹੀਂ ਆਇਆ। ਗੁਰ ਮੇਰਾ ਸੰਗ ਸਦਾ ਹੈ ਨਾਲੇ ਦਾ ਮਤਲਬ ਵੀ ਹੈ ਵੀ ਜਿੱਥੇ ਮੈਂ ਜਾ ਰਿਹਾ ਹਾਂ ਬਾਣੀ ਨਾਲ ਜਾ ਰਹੀ ਹੈ, ਅਤੇ ਜੇ ਜਿੱਥੇ ਮੈਂ ਜਾ ਰਿਹਾ ਹਾਂ ਜਗ੍ਹਾ ਬਦਲਣ ਕਰਕੇ ਮੈਨੂੰ ਨਿਤਨੇਮ ਕਰਨ ਦਾ ਚੇਤਾ ਭੁੱਲ ਜਾਂਦਾ, ਇਹਦਾ ਮਤਲਬ ਅਜੇ ਗੁਰੂ ਮੇਰੇ ਨਾਲ ਹੀ ਨਹੀਂ ਹੈ, ਬਸ ਐਵੇਂ ਕਹਿਣ ਸੁਣ ਦੀਆਂ ਗੱਲਾਂ ਦੇ ਵਿੱਚ ਹੀ ਜੀ ਰਿਹਾ। ਸਰੀਰ ਕਰਕੇ ਸੇਵਾ ਕਰਨੀ ਸੌਖੀ ਹੈ, ਮਨ ਦੀ ਸੇਵਾ ਦੇ ਬਦਲੇ। ਹੁਣ ਮੈਂ ਇੱਕ ਪੌੜੀ ਆਪ ਜੀ ਦੇ ਅੱਗੇ ਹੋਰ ਭਾਈ ਗੁਰਦਾਸ ਸਾਹਿਬ ਜੀ ਦੀ ਰੱਖ ਦੇਵਾਂ, ਤਾਂ ਕਿ ਉੱਥੇ ਸਿਰਫ ਮਨ ਦੀ ਸੇਵਾ ਦੀ ਗੱਲ ਹੈ। ਸਰੀਰ ਕਰਕੇ ਅਸੀਂ ਇੱਥੋਂ ਤੱਕ ਪਹੁੰਚਦੇ ਹਾਂ, ਸਤਿਗੁਰੂ ਕਿਰਪਾ ਕਰੇ, ਸੇਵਾ ਕਰੀਏ, ਸਰੀਰ ਤੰਦਰੁਸਤ ਰਹਿੰਦਾ ਹੈ ਇਹਦੇ ਨਾਲ। ਪਰ ਅੱਗੇ ਦੀ ਗੱਲ ਹੈ, ਸ਼ਬਦ ਗੁਰੂ ਕੈ ਲਾਗ ਰਹੇ, ਗੁਰੂ ਦੇ ਸ਼ਬਦ ਦੇ ਨਾਲ ਲੱਗਾ ਰਹੇ, ਧਿਆਨ ਗੁਰੂ ਦੇ ਸ਼ਬਦ ਵੱਲ ਹੀ ਹੋਵੇ। ਅਤੇ ਉਹਨੂੰ ਫਿਰ ਭਾਈ ਗੁਰਦਾਸ ਸਾਹਿਬ ਕਹਿੰਦੇ ਨੇ ਸਤਿਗੁਰ ਸ਼ਰਣੀ ਜਾਏ ਸੀਸ ਨਿਵਾਇਆ, ਗੁਰ ਚਰਣੀ ਚਿੱਤ ਲਾਏ ਮੱਥਾ ਲਾਇਆ। ਜੁੜੇ ਘਰ ਤੋਂ ਗੁਰਦੁਆਰੇ ਆ ਗਏ। ਗੁਰਦੁਆਰੇ ਦਾ ਮਤਲਬ ਇਸ ਆ ਜਿੰਨੀ ਬਿਲਡਿੰਗ ਹੈ ਇਹਨੂੰ ਇਹਦੇ ਨਾਲ ਸਮਝ ਲਓ, ਬਾਕੀ ਜਿੰਨਾ ਵੀ ਕੰਪਲੈਕਸ ਹੋਵੇ ਉਹ ਜਿੱਦਾਂ ਦਾ ਹੈ ਉਹ ਉੱਦਾਂ ਦਾ ਹੀ ਹੈ। ਪਰ ਗੁਰਦੁਆਰੇ ਦਾ ਸੰਬੰਧ ਐਸੇ ਅਸਥਾਨ ਦੇ ਨਾਲ ਹੈ ਜਿੱਥੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੋਇਆ ਅਤੇ ਅਸੀਂ ਉਹਦੀ ਗੱਲ ਨੂੰ ਸੁਣਦੇ ਪਏ ਹਾਂ। ਬਾਕੀ ਗੁਰਦੁਆਰੇ ਦੀ ਜਗ੍ਹਾ ਹੋ ਸਕਦੀ ਹੈ, ਮਾਫ਼ ਕਰਨਾ,
ਹੁਣ ਕਹਿਣ ਨੂੰ ਤਾਂ ਸਕੂਲ ਵੀ ਗੁਰਦੁਆਰੇ ਦੇ ਵਿੱਚ ਹੈ, ਪਰ ਇਹਦਾ ਮਤਲਬ ਇਹ ਥੋੜ੍ਹਾ ਵੀ ਸਾਰਾ ਕੁਝ ਗੁਰਦੁਆਰਾ ਹੈ। ਨਹੀਂ, ਗੁਰਦੁਆਰੇ ਦਾ ਮਤਲਬ ਉਹ ਹੈ ਜਿੱਥੇ ਗੁਰੂ ਦੀ ਵਿਚਾਰ ਕੀਤੀ ਜਾ ਰਹੀ ਹੈ। ਸਤਿਗੁਰ ਸ਼ਰਣੀ ਜਾਏ ਸੀਸ ਨਿਵਾਇਆ, ਸਿੱਖ ਨੇ ਪਹਿਲਾਂ ਕੀ ਕੀਤਾ, ਗੁਰੂ ਦੀ ਸ਼ਰਣ ਦੇ ਵਿੱਚ ਆ ਗਿਆ, ਸੀਸ ਨਿਵਾਇਆ, ਆ ਕੇ ਤੇ ਸੀਸ ਨਿਵਾ ਦਿੱਤਾ ਹੈ। ਗੁਰ ਚਰਣੀ ਚਿੱਤ ਲਾਏ ਮੱਥਾ ਲਾਇਆ। ਹੁਣ ਉਹ ਬੜਾ, ਉਹਦਾ ਜਿਹੜਾ ਚਿੱਤ ਹੈ ਨਾ, ਭਾਈ ਗੁਰਦਾਸ ਸਾਹਿਬ ਕਹਿੰਦੇ ਉਹਨੇ ਦਿਲ ਤੋਂ ਮੱਥਾ ਟੇਕਿਆ ਹੈ, ਉਤੋਂ ਨਹੀਂ, ਲੋਕ ਲਾਜ ਦੇ ਵਿੱਚ ਮੱਥਾ ਨਹੀਂ ਟੇਕਿਆ ਗਿਆ, ਵਿਖਾਵੇ ਦੇ ਵਿੱਚ ਮੱਥਾ ਨਹੀਂ ਟੇਕਿਆ ਗਿਆ ਉਹਦਾ। ਗੁਰ ਚਰਣੀ ਚਿੱਤ ਲਾਏ, ਉਹਦਾ ਚਿੱਤ ਜਿਹੜਾ ਹੈ ਨਾ, ਉਹ ਗੁਰੂ ਦੇ ਚਰਨਾਂ ਦੇ ਵਿੱਚ ਲੱਗਾ ਹੋਇਆ ਹੈ, ਉਹਨੇ ਆਹ ਮੱਥਾ ਟੇਕਿਆ ਹੋਇਆ ਹੈ, ਗੁਰੂ ਦੇ ਚਰਨਾਂ ਦੇ ਵਿੱਚ ਉਹਦਾ ਧਿਆਨ ਲੱਗਾ ਹੋਇਆ ਹੈ। ਗੁਰ ਚਰਣੀ ਚਿੱਤ ਲਾਏ, ਅਸਲ ਦੇ ਵਿੱਚ ਬਹੁਤੇ ਲੋਕ ਉਦੋਂ ਤੱਕ ਹੀ ਪੁੱਛਦੇ ਨੇ ਵੀ ਮੱਥਾ ਕਿੱਦਾਂ ਟੇਕਣਾ ਚਾਹੀਦਾ ਹੈ। ਕਈ ਕਹਿੰਦੇ ਨੇ ਜੀ ਅਸ਼ਟਾਂਗ ਪ੍ਰਣਾਮ, ਕਈ ਜੀ ਲੰਮੇ ਪੈ ਕੇ ਮੱਥਾ ਟੇਕੋ, ਇਹਨਾਂ ਗੱਲਾਂ ਦਾ ਕੋਈ ਮਾਇਨਾ ਨਹੀਂ ਹੈ। ਮੁੱਕਦੀ ਗੱਲ ਇਸ ਗੱਲ ਦੇ ਉੱਤੇ ਹੈ ਵੀ ਜੇ ਮੈਂ ਆਪਣੇ ਆਪ ਨੂੰ ਉਹਦੇ ਅੱਗੇ ਅਰਪਣ ਕਰਦਾ ਪਿਆ ਹਾਂ, ਅਤੇ ਜਿਹਦੇ ਅੱਗੇ ਮੈਂ ਆਪਣੇ ਆਪ ਨੂੰ ਰੱਖਦਾ ਪਿਆ ਹਾਂ, ਉਹਨੂੰ ਮੈਂ ਆਪਣੇ ਤੋਂ ਵੱਡਾ ਕਿੰਨਾ ਕਮਾਉਂਦਾ ਪਿਆ। ਇਹ ਸਿਰਫ ਕਹਿਣ ਸੁਣਨ ਦੀ ਗੱਲ ਨਹੀਂ ਹੈ। ਗੁਰ ਚਰਣੀ ਚਿੱਤ ਲਾਏ ਮੱਥਾ ਲਾਇਆ, ਇੱਥੋਂ ਤਾਂ ਅਗਲਾ ਸਾਡਾ ਫਿਰ ਹੁਣ ਮੱਥਾ ਟੇਕ ਦਿੱਤਾ। ਵੈਸੇ ਮੱਥਾ ਲਾਉਣਾ ਇੱਕ ਪੰਜਾਬੀ ਦਾ ਮੁਹਾਵਰਾ ਹੈ ਜਿਹਦਾ ਅਰਥ ਹੈ ਸਾਹਮਣੇ ਹੋ ਕੇ ਅਤੇ ਅੜ ਜਾਣਾ ਵੀ ਤੂੰ ਕਿਉਂ ਮੇਰੇ ਨਾਲ ਮੱਥਾ ਲਾ ਕੇ ਬੈਠਾ ਹੈ। ਗੁਰ ਚਰਣੀ ਚਿੱਤ ਲਾਏ ਮੱਥਾ ਲਾਇਆ, ਹੁਣ ਇੱਥੋਂ ਸਾਡਾ ਅਗਲਾ ਸਫ਼ਰ ਸ਼ੁਰੂ ਹੋ ਜਾਂਦਾ ਹੈ। ਇੱਥੇ ਮੈਂ ਫਿਰ ਦੁਹਰਾ ਦੇਵਾਂ, ਇੱਥੇ ਹੁਣ ਸਾਨੂੰ ਸਰੀਰ ਦੀ ਸੇਵਾ ਪਿੱਛੇ ਕਰਨੀ ਪਵੇਗੀ। ਇਹ ਨਹੀਂ ਕਿ ਉਹ ਪਿੱਛੇ ਹੋ ਗਈ ਹੈ, ਪਰ ਹੁਣ ਇੱਥੇ ਸਾਡਾ ਮਨ ਚੱਲੇਗਾ ਅੱਗੇ। ਔਰ ਜਿਹੜਾ ਜਿਹੜਾ ਬੰਦਾ ਇਸ ਰਸਤੇ ਦੇ ਉੱਤੇ ਚੱਲ ਗਿਆ ਹੈ, ਗੁਰੂ ਕਿਰਪਾ ਕਰੇ ਉਹਦੇ ਨਾਲ ਉਹ ਹਾਲਤ ਵਾਪਰੇਗੀ ਜੋ ਅੱਜ ਦੇ ਬਚਨ ਦੇ ਵਿੱਚ ਗੁਰੂ ਨਾਨਕ ਸਾਹਿਬ ਨੇ ਕਹੀ ਹੈ, ਗੁਰਮਤ ਹਿਰਦੈ ਵਸਾਏ ਆਪ ਗਵਾਇਆ। ਗੁਰੂ ਦੀ ਮਤ ਨੂੰ ਹੌਲੀ ਹੌਲੀ ਦਿਲ ਦੇ ਵਿੱਚ ਲਿਆਉਣਾ ਸ਼ੁਰੂ ਕਰ ਦਿੱਤਾ। ਵੇਖੋ, ਦੋ ਤਰੀਕੇ ਦੇ ਜਾਂ ਤਿੰਨ ਤਰੀਕੇ ਦੇ ਨੇ ਸ਼ਬਦ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ। ਇੱਕ ਉਹ ਨੇ ਜਿਨ੍ਹਾਂ ਨੂੰ ਮੈਂ ਪੂਰੀ ਤਰ੍ਹਾਂ ਮੰਨਦਾ ਪਿਆ ਹਾਂ, ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ, ਜਿਹਦੇ ਵਿੱਚ ਗੁਰੂ ਨੇ ਬਖਸ਼ਿਸ਼ ਕੀਤੀ ਹੈ ਅਤੇ ਮੈਂ ਕਹਿ ਸਕਦਾ ਵੀ ਹਾਂ ਆਹ ਸ਼ਬਦ ਮੇਰੀ ਜ਼ਿੰਦਗੀ ਦੇ ਵਿੱਚ ਆ ਗਿਆ ਹੈ। ਕੁਝ ਇੱਦਾਂ ਦੇ ਨੇ ਜਿਨ੍ਹਾਂ ਦੇ ਵਿੱਚੋਂ ਅੱਧਾ ਅੱਧਾ ਕਦੀ ਮੈਂ ਮੰਨ ਲੈਂਦਾ ਹਾਂ, ਅੱਧਾ ਅੱਧਾ ਕਦੀ ਨਹੀਂ ਮੰਨਿਆ ਜਾਂਦਾ। ਮੈਂ ਨਹੀਂ ਕਹਿੰਦਾ ਜਾਣ ਕੇ ਨਹੀਂ ਮੰਨਦਾ, ਕਦੀ ਕਦੀ ਨਹੀਂ ਮੰਨਿਆ ਜਾਂਦਾ। ਇੱਕ ਉਹ ਨੇ, ਮੈਨੂੰ ਮਾਫ਼ ਕਰ ਦਿਓ ਮੈਂ ਕਹਿ ਰਿਹਾ ਹਾਂ, ਔਰ ਇਹ ਸੱਚ ਵੀ ਹੈ, ਅਸੀਂ ਭਾਵੇਂ ਨਹੀਂ ਬੋਲਾਂਗੇ ਇਸ ਗੱਲ ਨੂੰ, ਪਰ ਸਾਨੂੰ ਇੰਝ ਲੱਗਦਾ ਵੀ ਆਹ ਸ਼ਬਦ ਜਿਹੜਾ ਨਾ, ਅਜੇ ਤਾਂ ਮੇਰਾ ਇਸ ਸ਼ਬਦ ਨੂੰ ਮਨ 1% ਵੀ ਨਹੀਂ ਮੰਨਦਾ ਪਿਆ। ਔਰ ਬੜੇ ਸ਼ਬਦ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ, ਕਿਉਂਕਿ ਲੈਵਲ ਬੜੀ ਅੱਗੇ ਦਾ ਹੈ, ਅਤੇ ਮੈਂ ਸੁਭਾਅ ਉਸ ਦਾ ਪੱਕਾ ਹੋਇਆ ਹਾਂ। ਮੇਰੇ ਸੁਭਾਅ ਦੇ ਅੱਗੇ ਉਸੇ ਵੇਲੇ ਸਪੀਡ ਬ੍ਰੇਕਰ ਲਾ ਦਿੰਦਾ ਹੈ ਜਦੋਂ ਸ਼ਬਦ ਆਉਂਦਾ ਹੈ, ਅਤੇ ਮੈਨੂੰ ਲੱਗਦਾ ਵੀ ਗੁਰੂ ਸਾਹਿਬ ਆਹ ਗੱਲ ਨਾ ਕਹਿ ਕੇ ਜਾਂਦੇ ਤਾਂ ਫਿਰ ਤਾਂ ਮੈਂ ਪੱਕਾ ਸਿੱਖ ਹੋਰ ਬਣ ਜਾਣਾ ਸੀ। ਮੈਨੂੰ ਲੱਗਦਾ ਵੀ ਸ਼ਬਦ ਹੀ ਬਦਲ ਜਾਵੇ, ਹੋਰ ਕੋਈ ਰਸਤਾ ਨਿਕਲ ਆਵੇ। ਜੇ ਸ਼ਬਦ ਨਹੀਂ ਬਦਲ ਸਕਦਾ ਤਾਂ ਉਹਦੇ ਅਰਥ ਹੀ ਬਦਲ ਕੇ ਰੱਖ ਦਿਉ, ਜਿੱਦਾਂ ਅੱਜ ਅੰਮ੍ਰਿਤ ਵੇਲੇ ਦੇ ਅਰਥ ਬਦਲ ਕੇ ਰੱਖੇ ਜਾ ਰਹੇ ਨੇ, ਵੀ ਅਰਥ ਹੀ ਬਦਲ ਕੇ ਰੱਖ ਦਿਉ, ਗੱਲ ਹੀ ਖਤਮ ਕਰ ਦਿਉ ਤੁਸੀਂ, ਵੀ ਕੋਈ ਕਵੇ ਨਾ ਵੀ ਅੰਮ੍ਰਿਤ ਵੇਲੇ ਦਾ ਵੇਲਾ ਜਿਹੜਾ ਮਤਲਬ ਹੈ ਉਹ ਅੰਮ੍ਰਿਤ ਵੇਲਾ ਹੀ ਹੁੰਦਾ ਹੈ, ਅਰਥ ਹੀ ਬਦਲ ਕੇ ਰੱਖ ਦਿਉ। ਕਿਉਂ? ਕਿਉਂਕਿ ਉੱਠਣ ਨੂੰ ਸਾਡਾ ਜੀ ਨਹੀਂ ਕਰਦਾ, ਨਹੀਂ ਉੱਠ ਸਕਦੇ ਉਹ ਅਲੱਗ ਵਿਸ਼ਾ ਹੈ, ਪਰ ਅੰਮ੍ਰਿਤ ਵੇਲੇ 'ਤੇ ਲਕੀਰ ਮਾਰ ਦਿੱਤੀ ਵੀ ਅਸੀਂ ਨਹੀਂ ਉੱਠਣਾ ਅਤੇ ਅਸੀਂ ਅਰਥ ਹੀ ਬਦਲ ਦੇਵਾਂਗੇ। ਸੁਭਾਵਿਕ ਜੀ ਗੱਲ ਹੈ ਵੀ ਇੱਕ ਝੂਠ ਨੂੰ 100 ਵਾਰ ਬੋਲ ਦਿਉ ਤਾਂ ਲੋਕਾਂ ਨੂੰ ਸੱਚ ਨਜ਼ਰ ਆਉਣ ਲੱਗ ਪੈਂਦਾ ਹੈ, ਇਹਦੇ ਵਿੱਚ ਕੋਈ ਸ਼ੱਕ ਵੀ ਨਹੀਂ। ਗੁਰਮਤਿ ਹਿਰਦੈ ਵਸਾਏ, ਅਗਲਾ ਚੈਪਟਰ ਸ਼ੁਰੂ ਹੋ ਗਿਆ। ਹੌਲੀ ਹੌਲੀ ਗੁਰੂ ਦੀ ਮਤ ਆਉਣੀ ਸ਼ੁਰੂ ਹੋ ਗਈ।
ਪਹਿਲਾਂ ਇੱਕ ਗੱਲ ਪਤਾ ਲੱਗੀ, ਭਾਈ ਗੁਰਦਾਸ ਸਾਹਿਬ ਕਹਿੰਦੇ ਨੇ, ਮੈਂ ਬਹੁਤ ਵਾਰ ਇਸ ਸ਼ਬਦ ਨੂੰ ਉਚਾਰਦਾ ਪਿਆ ਹਾਂ, ਗੁਰਮੁਖ ਮਾਰਗ ਮੈਂ ਮਨਮੁਖ ਥਕਤ ਹੋਏ, ਲਗਨ ਸਗਨ ਮਾਨੇ ਕੈਸੇ ਮਾਨੀਏ। ਕਹਿੰਦੇ ਗੁਰਮੁਖਾਂ ਦੇ ਰਸਤੇ ਦੇ ਉੱਤੇ ਚੱਲਦਾ ਚੱਲਦਾ ਨਾ ਮਨਮੁਖ ਬੰਦਾ ਥੱਕ ਜਾਂਦਾ ਹੈ। ਕਿਉਂ? ਕਿਉਂਕਿ ਉਹਨੇ ਵਿਚਾਰੇ ਨੇ ਤਰੀਕਾਂ ਦੀ ਵਿਚਾਰ ਕਰਨੀ ਹੈ ਵੀ ਕਿਹੜੇ ਮੂਹਰਤ 'ਤੇ ਕਿਹੜਾ ਦਿਨ ਕੰਮ ਕਰਾਂ, ਸੋਮਵਾਰ ਕਿਹੜਾ ਕੰਮ ਕਰਾਂ, ਬੁੱਧਵਾਰ ਕੀ ਕਰਾਂ, ਵੀਰਵਾਰ ਕੀ ਨਾ ਕਰਾਂ, ਸ਼ਨੀਵਾਰ ਕੀ ਕਰਾਂ ਕੀ ਨਾ ਕਰਾਂ। ਅਤੇ ਜਦੋਂ ਉਹਨੂੰ ਉਹ ਸਾਰਾ ਕੁਝ ਕਰਦੇ ਦੀ ਜ਼ਿੰਦਗੀ ਲੰਘ ਜਾਂਦੀ ਹੈ, ਅਤੇ ਜਿੱਦਣ ਉਹ ਗੁਰਦੁਆਰੇ ਆਉਂਦਾ ਅਤੇ ਇੱਥੇ ਕੋਈ ਤਰੀਕਾਂ ਦੀ ਵਿਚਾਰ ਹੀ ਨਹੀਂ, ਇੱਥੇ ਕੋਈ ਦਿਨਾਂ ਵਾਰਾਂ ਦੀ ਵਿਚਾਰ ਹੀ ਨਹੀਂ, ਅਤੇ ਉਹਨੂੰ ਇੰਝ ਲੱਗਣ ਲੱਗ ਪੈਂਦਾ ਹੈ ਵੀ ਇਹ ਜੋ ਕਰਦੇ ਪਏ ਨੇ ਇਹਨਾਂ ਦੇ ਅੰਦਰ ਤਾਂ ਕੋਈ ਰੱਬ ਦੇ ਨਾਮ ਵਾਲੀ ਗੱਲ ਹੀ ਨਹੀਂ। ਕਿਉਂਕਿ ਉਹਨੂੰ ਲੱਗਦਾ ਵੀ ਜਿਹੜਾ ਬੰਦਾ ਦਿਨਾਂ ਤਿਉਹਾਰਾਂ ਦੇ ਵਿੱਚ ਜ਼ਿਆਦਾ ਯਕੀਨ ਰੱਖਦਾ ਰੱਬ ਦੇ ਨੇੜੇ ਵੀ ਤਾਂ ਉਹ ਹੀ ਹੋਵੇਗਾ। ਜਦੋਂ ਉਹਨੂੰ ਸਿੱਖ ਬਿਠਾ ਕੇ ਕਹਿੰਦੇ ਨੇ ਨਾ ਵੀ ਭਾਈ ਸਾਡਾ ਇਹਨਾਂ ਚੀਜ਼ਾਂ ਦੇ ਵਿੱਚ ਕੋਈ ਵਿਚਾਰ ਹੀ ਨਹੀਂ ਹੈ, ਅਸੀਂ ਕੋਈ ਭਰਮ ਨਹੀਂ ਕਰਦੇ ਇਹਨਾਂ ਗੱਲਾਂ ਦਾ, ਤਾਂ ਫਿਰ ਉਹ ਕਹਿੰਦਾ ਨਹੀਂ ਮੇਰੀ ਤੁਹਾਡੇ ਨਾਲ ਨਹੀਂ ਨਿਭ ਸਕਦੀ। ਕਿਉਂ? ਭਾਈ ਗੁਰਦਾਸ ਸਾਹਿਬ ਕਹਿੰਦੇ ਉਹਨੇ ਵਿਚਾਰੇ ਨੇ ਲਗਨ ਸ਼ਗਨ ਮੰਨਣੇ ਨੇ, ਉਹਨੂੰ ਤੁਸੀਂ ਤਰੀਕਾਂ ਦੀ ਵਿਚਾਰ ਦੱਸੋ ਵੀ 10 ਵਜੇ ਕੇ ਇੰਨੇ ਮਿੰਟ ਦੇ ਗੁਰਦੁਆਰੇ ਆ ਜਾਈ ਅਤੇ ਫਿਰ ਅਸੀਂ ਬੈਠ ਕੇ ਪਾਠ ਕਰਾਂਗੇ ਅਤੇ ਉਹਦਾ ਫਲ ਜ਼ਿਆਦਾ ਲੱਗੇਗਾ, ਉਹ ਉਸ ਪਾਸੇ ਦੌੜਿਆ ਫਿਰੇਗਾ। ਉਹਨੂੰ ਇਹ ਕਹਿ ਦਿਓ ਵੀ ਨਹੀਂ ਇਹਨਾਂ ਤਰੀਕਾਂ ਦੀ ਵਿਚਾਰ ਨੂੰ ਛੱਡੋ ਅਤੇ ਨਿਰੋਲ ਬਾਣੀ ਦੇ ਨਾਲ ਜੁੜੋ, ਸ਼ਬਦ ਦੇ ਨਾਲ ਜੁੜੋ, ਉਹ ਥੱਕ ਜਾਵੇਗਾ। ਗੁਰਮਤਿ ਹਿਰਦੈ ਵਸਾਏ ਆਪ ਗਵਾਇਆ ਦਾ ਮਤਲਬ ਹੈ ਹੌਲੀ ਹੌਲੀ ਜਿਹੜੀਆਂ ਗੱਲਾਂ ਮੈਨੂੰ ਪਤਾ ਨਹੀਂ ਸੀ ਫਿਰ ਪਤਾ ਲੱਗ ਗਈਆਂ। ਮੈਨੂੰ ਨਹੀਂ ਸੀ ਪਤਾ ਗੁਰੂ ਨਾਨਕ ਸਾਹਿਬ ਕੀ ਕਹਿੰਦੇ ਸੀ, ਕਹਿਣ ਨੂੰ ਮੈਂ ਸੀ ਵੀ ਮੈਂ ਸਿੱਖਾਂ ਦੇ ਘਰ ਜੰਮਿਆ, ਸਾਰਾ ਕੁਝ ਪਤਾ ਲੱਗ ਗਿਆ, ਸਾਨੂੰ ਕਈ ਗੱਲਾਂ ਹੁਣ ਪਤਾ ਲੱਗਦੀਆਂ ਪਈਆਂ ਨੇ, ਕਿਸੇ ਹੋਰ ਨੂੰ ਕੀ ਕਹਿਣਾ। ਗੁਰਮਤਿ ਹਿਰਦੈ ਵਸਾਏ, ਮੈਨੂੰ ਹੌਲੀ ਹੌਲੀ ਗੁਰੂ ਦੀ ਮੱਤ ਪਤਾ ਲੱਗਣ ਲੱਗ ਪਈ ਅਤੇ ਮੈਂ ਆਪਣੀਆਂ ਪਕੜਾਂ ਢਿੱਲੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਵੀ ਗੁਰੂ ਸਾਹਿਬ ਤੁਸੀਂ ਠੀਕ ਕਹਿ ਰਹੇ ਜੇ, ਆਪ ਗਵਾਇਆ, ਮੈਂ ਹੌਲੀ ਹੌਲੀ ਆਪਾ ਗਵਾਉਣਾ ਸ਼ੁਰੂ ਕਰ ਦਿੱਤਾ ਹੈ। ਗੁਰਮੁਖ ਸਹਿਜ ਸੁਭਾਏ ਭਾਣਾ ਪਾਇਆ, ਸਹਿਜ ਅਵਸਥਾ ਦੇ ਵਿੱਚ ਭਾਣਾ ਕਦੀ ਵੀ ਇੱਦਾਂ ਨਹੀਂ ਮੰਨਿਆ ਜਾਂਦਾ ਹੋਸ਼ੇ ਹੋ ਕੇ, ਦੌੜ ਭੱਜ ਦੇ ਵਿੱਚ ਕਦੀ ਵੀ ਭਾਣਾ ਨਹੀਂ ਮੰਨਿਆ ਜਾਂਦਾ। ਭਾਣਾ ਜਦੋਂ ਵੀ ਮੰਨਿਆ ਜਾਵੇਗਾ ਗੰਭੀਰਤਾ ਦੇ ਵਿੱਚ ਮੰਨਿਆ ਜਾਵੇਗਾ, ਟਿਕਾਰ ਦੇ ਵਿੱਚ ਆ ਕੇ ਮੰਨਿਆ ਜਾਵੇਗਾ। ਗੁਰਮੁਖ ਸਹਿਜ ਸੁਭਾਏ, ਸਹਿਜ ਸੁਭਾਅ ਦਾ ਮਤਲਬ ਹੁੰਦਾ ਹੈ ਜਿਹੜੀ ਚੀਜ਼ ਸਾਡੇ ਸੁਭਾਅ ਦੇ ਵਿੱਚ ਸਹਿਜੇ ਆ ਗਈ ਹੈ। ਸਹਿਜੇ ਦਾ ਮਤਲਬ ਹੌਲੀ ਨਹੀਂ, ਸਹਿਜੇ ਦਾ ਮਤਲਬ ਹੈ ਆਪਣੇ ਆਪ ਆ ਚੁੱਕੀ ਹੈ। ਜਿੱਦਾਂ ਕੁਝ ਆਦਤਾਂ ਸਾਡੇ ਸੁਭਾਅ ਦੇ ਵਿੱਚ ਪੱਕੀਆਂ ਟਿੱਕੀਆਂ ਹੋਈਆਂ ਨੇ, ਉਹਨਾਂ ਦੇ ਲਈ ਸਾਨੂੰ ਕੋਸ਼ਿਸ਼ ਨਹੀਂ ਕਰਨੀ ਪੈਂਦੀ। ਹੁਣ ਕਹਿੰਦੇ ਉਹਨੂੰ ਭਾਣਾ ਇੱਦਾਂ ਚੰਗਾ ਲੱਗਦਾ ਪਿਆ ਹੈ ਸਹਿਜ ਸੁਭਾਅ, ਉਹਨੂੰ ਵਾਰ ਵਾਰ ਇਹ ਗੱਲ ਨਹੀਂ ਕਹਿਣੀ ਪੈਂਦੀ ਵੀ ਆਹ ਗੱਲ ਕਰ ਆਹ ਗੱਲ ਕਰ, ਨਹੀਂ ਉਹ ਗਿਲੇ ਨਹੀਂ ਕਰਦਾ ਪਿਆ ਵੀ ਮੇਰੇ ਨਾਲ ਇੱਦਾਂ ਕਿਉਂ ਹੋ ਗਿਆ, ਮੇਰੇ ਨਾਲ ਉਹ ਕਿਉਂ ਮਾੜਾ ਕਰ ਦਿੱਤਾ। ਗੁਰਮੁਖ ਸਹਿਜ ਸੁਭਾਏ ਭਾਣਾ ਪਾਇਆ, ਔਰ ਕਿੱਦਾਂ ਹੈ ਇਹ ਪ੍ਰੈਕਟਿਸ ਕਿੱਦਾਂ ਹੋਈ ਹੈ ਵੀ ਭਾਣਾ ਮੰਨਣਾ ਆ ਜਾਵੇ। ਭਾਈ ਗੁਰਦਾਸ ਸਾਹਿਬ ਕਹਿੰਦੇ ਸ਼ਬਦ ਸੁਰਤ ਲਿਵਲਾਏ ਹੁਕਮ ਕਮਾਇਆ, ਉਹਨੇ ਸ਼ਬਦ ਦੇ ਨਾਲ ਧਿਆਨ ਜੋੜਿਆ ਸੀ, ਅਤੇ ਜਿਹੜਾ ਬੰਦਾ ਸ਼ਬਦ ਦੇ ਨਾਲ ਧਿਆਨ ਜੋੜਨਾ ਸ਼ੁਰੂ ਕਰ ਦੇਵੇ ਉਹਨੂੰ ਹੁਕਮ ਕਮਾਉਣਾ ਆ ਜਾਂਦਾ ਹੈ। ਮੈਂ ਬੇਨਤੀ ਕਰ ਦੇਵਾਂ, ਇਹਨੂੰ ਇਹ ਨਾ ਕਹਿਣਾ ਕਿ ਮੈਂ ਬਾਹਰ ਵਾਲੀ ਸੇਵਾ ਦੇ ਵਿਰੋਧ ਦੇ ਵਿੱਚ ਹਾਂ, ਪਰ ਸਾਡੀ ਕੌਮ ਦੀ ਸਭ ਤੋਂ ਵੱਡੀ ਦਿੱਕਤ ਇਹ ਹੈ ਲੰਗਰ ਵਰਤਾਉਣ ਦੇ ਵੱਲ ਜਿਨ੍ਹਾਂ ਦਾ ਧਿਆਨ ਹੈ ਹੋਣਾ ਚਾਹੀਦਾ ਹੈ, ਪਰ ਅਸਲ ਦੇ ਵਿੱਚ ਗੱਲ ਇਹ ਵੀ ਹੈ ਵੀ ਜਿਹੜਾ ਸ਼ਬਦ ਦਾ ਲੰਗਰ ਚੱਲਦਾ ਪਿਆ ਹੈ ਬੰਦੇ ਨੂੰ ਉਹ ਵੀ ਸੁਣਨਾ ਚਾਹੀਦਾ ਹੈ ਵੀ ਗੁਰੂ ਕਹਿ ਕੀ ਰਿਹਾ ਹੈ, ਨਹੀਂ ਤਾਂ ਵਰਤਾਉਣ ਲੱਗਿਆਂ ਫਿਰ ਉੱਦਾਂ ਹੀ ਬੋਲੇਗਾ ਜਿੱਦਾਂ ਆਮ ਲੋਕ ਬੋਲਦੇ ਨੇ, ਵਰਤਾਉਣ ਲੱਗਿਆਂ ਉਹਨੂੰ ਇਹ ਹੋਵੇਗਾ ਵੀ ਹਾਂ ਮੇਰੀ ਮਰਜ਼ੀ ਕਿਉਂ ਨਹੀਂ ਚੱਲਦੀ ਪਈ, ਉਹ ਫਿਰ ਵਰਤਾਉਣ ਲੱਗਿਆਂ ਦਿੱਕਤ ਆਵੇਗੀ। ਸ਼ਬਦ ਨੂੰ ਨਹੀਂ ਸੁਣੇਗਾ ਅਤੇ ਉਹ ਵੀ ਲੰਗਰ ਠੀਕ ਤਰੀਕੇ ਨਾਲ ਨਹੀਂ ਵਰਤਾਵੇਗਾ, ਉੱਥੇ ਵੀ ਫਿਰ ਕਿਤੇ ਨਾ ਕਿਤੇ ਵਿਤਕਰੇ ਕਰਨੇ ਸ਼ੁਰੂ ਕਰ ਦੇਵੇਗਾ। ਇਸ ਕਰਕੇ ਜ਼ਰੂਰੀ ਹੈ, ਉਹ ਸੇਵਾ ਬਹੁਤ ਜ਼ਰੂਰੀ ਹੈ ਸਾਡੇ ਲਈ
ਔਰ ਉਹਦੇ ਤੋਂ ਵੱਡੀ ਸੇਵਾ ਹੈ। ਗੁਰਬਾਣੀ ਨੇ ਇਹਨੂੰ ਵੀ ਲੰਗਰ ਹੀ ਕਿਹਾ ਹੈ, ਲੰਗਰ ਚੱਲੇ ਗੁਰ ਸ਼ਬਦ ਹਰ ਤੋਟ ਨਾ ਆਵੀ ਖੱਟੀਏ, ਗੁਰੂ ਅੰਗਦ ਸਾਹਿਬ ਮਹਾਰਾਜ ਜੀ ਦੇ ਬਾਰੇ ਬਚਨ ਹੈ। ਸ਼ਬਦ ਸੁਰਤ ਲਿਵ ਲਾਏ, ਲਿਵ ਕਿੱਥੇ ਹੈ, ਧਿਆਨ ਕਿੱਥੇ ਹੈ, ਸ਼ਬਦ ਦੇ ਵਿੱਚ। ਅਤੇ ਹੌਲੀ ਹੌਲੀ ਕੀ ਹੋਣਾ ਸ਼ੁਰੂ ਹੋ ਗਿਆ ਹੈ, ਹੁਕਮ ਕਮਾਇਆ, ਉਹ ਹੁਕਮ ਨੂੰ ਮੰਨਣਾ ਸ਼ੁਰੂ ਕਰ ਗਿਆ ਹੈ। ਇਹਨੂੰ ਆਪਣੀ ਜ਼ਿੰਦਗੀ ਦੇ ਵਿੱਚ ਵੇਖ ਲੈਣਾ, ਖੁਦ ਕਿਤੇ ਪ੍ਰੈਕਟੀਕਲ ਕਰਕੇ। ਕੁਝ ਗੱਲਾਂ ਜਿਹੜੇ ਬੰਦੇ ਗੁਰਦੁਆਰੇ ਨਹੀਂ ਆਉਂਦੇ, ਮੈਂ ਨਹੀਂ ਕਹਿੰਦਾ ਕਿ ਮੇਰੇ ਕਰਕੇ ਜਾਂ ਹੈ, ਪਰ ਜਿਹੜੀਆਂ ਗੱਲਾਂ ਤੋਂ ਮਾਲਕ ਨੇ ਤੁਹਾਨੂੰ ਭਾਣਾ ਮੰਨਣ ਦੀ ਤਾਕਤ ਦੇ ਦਿੱਤੀ ਹੈ, ਗੱਲ ਸਮਝਣ ਦੀ ਤਾਕਤ ਦੇ ਦਿੱਤੀ ਹੈ, ਉਹ ਉਹਨਾਂ ਹੀ ਗੱਲਾਂ ਤੋਂ ਹੋਸ਼ ਹੋਏ ਫਿਰਨਗੇ, ਉਹ ਉਹਨਾਂ ਹੀ ਗੱਲਾਂ ਤੋਂ ਦੌੜੀ ਫਿਰਨਗੇ। ਹਰ ਇੱਕ ਗੱਲ ਤੋਂ ਇੰਨੀ ਜਲਦੀ ਉਤਾਵਲ ਹੋ ਜਾਣਗੇ, ਤੁਸੀਂ ਬਿਲਕੁਲ ਸ਼ਾਂਤ ਹੋ ਕੇ ਬੈਠੇ ਹੋਵੋਗੇ, ਤੁਹਾਨੂੰ ਲੱਗੇਗਾ ਵੀ ਸ਼ਬਦ ਕੀ ਕਰਦਾ ਪਿਆ ਸਾਡੇ ਅੰਦਰ। ਇਹ ਹੌਲੀ ਹੌਲੀ ਵੇਖਣਾ ਵੀ ਜੋ ਬਾਕੀ ਕਰਦੇ ਪਏ ਨੇ, ਜੇ ਅਸੀਂ ਵੀ ਉਹ ਕਰਦੇ ਪਏ ਹਾਂ ਤਾਂ ਅਜੇ ਸ਼ਬਦ ਕਮਾਇਆ ਹੀ ਨਹੀਂ, ਅਜੇ ਧਿਆਨ ਸ਼ਬਦ ਦੇ ਵੱਲ ਹੈ ਹੀ ਨਹੀਂ, ਬਾਕੀਆਂ ਨਾਲੋਂ ਕੀ ਵੱਖਰਾ ਕਰਦਾ ਪਿਆ। ਸ਼ਬਦ ਸੁਰਤ ਲਿਵ ਲਾਏ, ਹੁਕਮ ਕਮਾਇਆ, ਸਾਧ ਸੰਗਤ ਭੈ ਪਾਏ, ਨਿੱਜ ਕਰ ਪਾਇਆ, ਸੰਗਤ ਦੇ ਵਿੱਚ ਆ ਕੇ ਬੈਠਣਾ ਸ਼ੁਰੂ ਕਰ ਦਿੱਤਾ, ਬੜੇ ਪਿਆਰ ਦੇ ਨਾਲ ਅਤੇ ਅਦਬ ਦੇ ਨਾਲ ਅਤੇ ਡਰ ਦੇ ਨਾਲ ਆ ਕੇ ਬੈਠਾ। ਦੋ ਚੀਜ਼ਾਂ, ਪਿਆਰ ਅਤੇ ਡਰ, ਦੋਵੇਂ ਚੀਜ਼ਾਂ ਜਦੋਂ ਸੰਗਤ ਦੇ ਵਿੱਚ ਆ ਕੇ ਬੈਠਾ, ਡਰ ਕਰਕੇ ਬੈਠਾ। ਡਰ ਕੀ ਦਾ? ਗੁਰੂ ਦਾ, ਵੀ ਮੈਨੂੰ ਵੇਖਦਾ ਪਿਆ ਹੈ, ਮੇਰੇ ਨਾਲ ਹੈ, ਮੇਰੇ ਸਾਹਮਣੇ ਹੈ। ਅਤੇ ਫਿਰ ਪਿਆਰ ਇੰਨਾ ਕਿ ਡਰ ਦਾ ਮਤਲਬ ਇਹ ਨਹੀਂ ਰਹਿ ਗਿਆ ਵੀ ਬਸ ਹੁਣ ਡਰੀ ਜਾਣਾ ਹੈ, ਜਿਹੜਾ ਡਰੀ ਜਾਵੇਗਾ ਗੱਲ ਕੀ ਚੰਗੀ ਤਰ੍ਹਾਂ ਸੁਣ ਲਵੇਗਾ। ਪਿਆਰ ਰੂਪ ਦੇ ਵਿੱਚ ਉਹਦੇ ਅੱਗੇ ਬੈਠਾ, ਅਤੇ ਇਹਦੇ ਨਾਲ ਫਾਇਦਾ ਕੀ ਹੋਇਆ, ਉਹਨੂੰ ਨਿੱਜ ਕਰ ਪਾਇਆ। ਭਾਈ ਗੁਰਦਾਸ ਸਾਹਿਬ ਕਹਿੰਦੇ ਆਪਣਾ ਅਸਥਾਨ ਉਹਨੇ ਲੱਭ ਲਿਆ ਹੈ, ਆਪਣੇ ਆਪ ਦੇ ਟਿਕਣ ਦੇ ਵਿੱਚ ਆ ਗਿਆ ਹੈ। ਗੁਰਮੁਖ ਸਹਿਜ ਸੁਭਾਏ, ਭਾਣਾ ਪਾਇਆ, ਸ਼ਬਦ ਸੁਰਤ ਲਿਵ ਲਾਏ, ਹੁਕਮ ਕਮਾਇਆ, ਸਾਧ ਸੰਗਤ ਭੈ ਪਾਏ, ਨਿੱਜ ਕਰ ਪਾਇਆ, ਚਰਨ ਕਮਲ ਚਿੱਤ ਲਾਏ, ਭਵਰ ਲੁਭਾਇਆ। ਸ਼ਬਦ ਦੇ ਵੱਲ ਉਹਦਾ ਇੱਦਾਂ ਧਿਆਨ ਹੈ, ਕਿੱਦਾਂ? ਜਿੱਦਾਂ ਭੌਰੇ ਦਾ ਕਮਲ ਦੇ ਵੱਲ ਹੁੰਦਾ ਹੈ। ਇਹ ਬਿਲਕੁਲ ਇੱਦਾਂ ਦੀ ਗੱਲ ਹੈ ਵੀ ਅਸੀਂ ਸੇਵਾ ਕਰਦੇ ਹੋਈਏ, ਮੂੰਹ ਤਾਂ ਸਾਡਾ ਨਹੀਂ ਨਾ ਚੱਲਦਾ ਪਿਆ, ਹੱਥ ਪੈਰ ਚੱਲਦੇ ਪਏ ਨੇ, ਉਦੋਂ ਸਾਡੇ ਮੂੰਹ ਦੇ ਵਿੱਚ ਕੀ ਚੱਲਦਾ ਪਿਆ ਹੈ? ਜੇ ਤਾਂ ਵਾਹਿਗੁਰੂ ਨਹੀਂ ਚੱਲਦਾ ਪਿਆ, ਸੁਭਾਵਿਕ ਹੈ ਫਿਰ ਉਹੀ ਗੱਲਾਂ ਚੱਲਣਗੀਆਂ। ਹਾਂ, ਇੱਦਾਂ ਹੋ ਸਕਦਾ ਹੈ, ਅੱਜ ਕੱਲ੍ਹ ਸਾਡੇ ਕੋਲ ਬੜੀਆਂ ਬਹੁਤ ਸਹੂਲਤਾਂ ਨੇ ਇਸ ਪਾਸੇ ਦੀਆਂ ਵੀ ਸ਼ਬਦ ਚੱਲਦਾ ਪਿਆ ਹੋਵੇ, ਸਪੀਕਰ ਦੇ ਉੱਤੇ ਆਵਾਜ਼ ਆ ਰਹੀ ਹੈ, ਅਤੇ ਉਸ ਗੱਲ ਨੂੰ ਕਹਿੰਦਿਆਂ ਕਹਿੰਦਿਆਂ ਧਿਆਨ ਕੰਨ ਕਿੱਧਰ ਚੱਲਦੇ ਪਏ ਨੇ ਵੀ ਕਿਹੜਾ ਸ਼ਬਦ ਬੋਲਿਆ ਜਾ ਰਿਹਾ ਹੈ। ਭੌਰੇ ਦਾ ਧਿਆਨ ਉੱਧਰ ਹੀ ਹੈ, ਹੱਥ ਸੇਵਾ ਕਰਦੇ ਪਏ ਨੇ, ਪੈਰ ਸੇਵਾ ਕਰਦੇ ਪਏ ਨੇ, ਕੰਨ 'ਤੇ ਸੇਵਾ ਨਹੀਂ ਨਾ ਕਰਦੇ ਪਏ, ਕੰਨਾਂ ਨੂੰ ਫਿਰ ਵੀ ਸੇਵਾ ਦੇ ਵਿੱਚ ਲਾ ਲਿਆ, ਇਹ ਔਖਾ ਹੈ। ਗੁਰੂ ਸਾਹਿਬ ਇਹਨੂੰ ਕਹਿੰਦੇ ਨੇ ਜਨ ਨਾਨਕ ਇਹ ਖੇਲ ਕਠਿਨ ਹੈ, ਔਖੀ ਹੈ ਖੇਡ। ਨਹੀਂ ਤਾਂ ਚੇਤਾ ਹੀ ਭੁੱਲ ਜਾਂਦਾ ਵੀ ਉਹ ਮੈਂ ਤਾਂ ਸ਼ਬਦ ਸੁਣਨਾ ਸੀ, ਉਹ ਪਤਾ ਨਹੀਂ ਲੱਗਾ ਕਿਹੜੇ ਵੇਲੇ ਰਾਗੀਆਂ ਨੇ ਸ਼ਬਦ ਸ਼ੁਰੂ ਕਰਕੇ ਖਤਮ ਵੀ ਕਰ ਦਿੱਤਾ, ਪਤਾ ਹੀ ਨਹੀਂ ਲੱਗਾ। ਇੱਥੇ ਬੈਠਿਆਂ ਨਹੀਂ ਸਾਡਾ ਧਿਆਨ ਵਿੱਚ ਰਹਿੰਦਾ, ਅਤੇ ਜਦੋਂ ਅਸੀਂ ਬਾਹਰ ਜਾ ਕੇ ਹੋਰ ਕੋਈ ਕੰਮ ਕਰਾਂਗੇ ਅਤੇ ਉਦੋਂ ਸ਼ਬਦ ਦੇ ਵਿੱਚ ਧਿਆਨ ਲਾ ਦਈਏ, ਫਿਰ ਤਾਂ ਬਹੁਤ ਔਖਾ ਕੰਮ ਹੈ। ਇਸ ਕਰਕੇ ਸਤਿਗੁਰੂ ਕਹਿੰਦੇ ਨੇ ਇਹ ਮਰਦਾਂ ਵਾਲੀ ਘਾਲ ਹੈ, ਮੈਂ ਆਪ ਜੀ ਦੇ ਅੱਗੇ ਰੱਖਾਂਗਾ ਜੇ ਸਮਾਂ ਬਣਿਆ। ਅਤੇ ਚਰਨ ਕਮਲ ਪਤੀ ਆਏ, ਭਵਰ ਲੁਭਾਇਆ, ਸੁੱਖ ਸੰਪਟ ਪਰਚਾਏ, ਅਪਿਓ ਪਿਆਇਆ। ਸੰਪਟ ਦਾ ਅਰਥ ਹੁੰਦਾ ਡੱਬਾ, ਆਪਣੇ ਆਪ ਨੂੰ ਸੁੱਖ ਦੇ ਵਿੱਚ ਰੱਖ ਲਿਆ। ਇਹ ਮਨ ਕਰਕੇ ਖੇਡ ਹੈ ਸਾਰੀ, ਇੱਥੇ ਫਿਜ਼ੀਕਲੀ ਇੱਕ ਵੀ ਗੱਲ ਨਹੀਂ ਹੋਈ, ਸਾਰੀ ਮਨ ਦੀ ਖੇਡ ਚੱਲਦੀ ਪਈ ਹੈ। ਅਤੇ ਫਿਰ ਭਾਈ ਗੁਰਦਾਸ ਸਾਹਿਬ ਕਹਿੰਦੇ ਉਹ ਸਿੱਖ ਦੇ ਨਾਲ ਕੀ ਬਣਦਾ ਹੈ? ਧਨ ਜਿਣੇਂਦੀ ਮਾਏ ਸਹਿਲਾ ਆਇਆ। ਧਨ ਹੈ ਉਸ ਸਿੱਖ ਨੂੰ ਜਨਮ ਦੇਣ ਵਾਲੀ ਮਾਂ, ਅਤੇ ਉਹਦਾ ਆਉਣਾ ਸੌਖਾ ਹੈ ਇਸ ਸੰਸਾਰ ਦੇ ਵਿੱਚ। ਦੋ ਤਰੀਕੇ ਦੀ ਸੇਵਾ, ਫਿਜ਼ੀਕਲੀ, ਅਤੇ ਉਹਦੇ ਤੋਂ ਬਾਅਦ ਜਦੋਂ ਅਸੀਂ ਫਿਜ਼ੀਕਲੀ ਸੇਵਾ ਕਰਦੇ ਹਾਂ
ਅਤੇ ਉਹਦੇ ਤੋਂ ਅੱਗੇ ਗੁਰਬਾਣੀ ਦਾ, ਗੁਰੂ ਗ੍ਰੰਥ ਸਾਹਿਬ ਦਾ ਸਾਡਾ ਸਾਰਾ ਹੀ ਸੰਬੰਧ ਸਾਡੇ ਮਨ ਦੇ ਨਾਲ ਹੈ। ਅਤੇ ਗੁਰੂ ਸਾਹਿਬ ਕਹਿੰਦੇ ਜੇ ਕਿਤੇ ਬੰਦਾ ਪੜ੍ਹਨ ਬੈਠਾ ਹੈ, ਜੇ ਬੰਦਾ ਪੜ੍ਹਦਾ ਹੈ, ਸਮਝਦਾ ਹੈ ਆਪਣੇ ਆਪ ਨੂੰ ਕਿ ਮੈਂ ਪੜ੍ਹਿਆ ਲਿਖਿਆ ਹਾਂ, ਅਤੇ ਇੱਦਾਂ ਦੀ ਮਿਹਨਤ ਕਰਕੇ ਵੇਖੇ ਕਿੱਦਾਂ ਦੀ ਸ਼ਬਦ ਗੁਰੂ ਕੈ ਲਾਗ ਰਹੇ, ਗੁਰੂ ਦੇ ਸ਼ਬਦ ਦੇ ਨਾਲ ਜੁੜ ਜਾਵੇ। ਇਹਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ, ਗੁਰੂ ਅੰਗਦ ਸਾਹਿਬ ਮਹਾਰਾਜ ਦੇ ਬਾਰੇ ਇੱਦਾਂ ਵੀ ਬੋਲਿਆ ਗਿਆ ਹੈ। ਹਜ਼ੂਰ ਦਾ ਬਚਨ ਹੈ ਬਾਬਾ ਸੱਤਾ ਅਤੇ ਬਾਬਾ ਬਲਵੰਡ ਜੀ ਦਾ, ਉਹ ਕਹਿੰਦੇ ਨੇ ਕਿ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਜਿਹੜੀ ਦੁਕਾਨ ਹੈ, ਦੁਕਾਨ ਦਾ ਮਤਲਬ ਜਿੱਥੇ ਗੁਰੂ ਨਾਨਕ ਸਾਹਿਬ ਬੈਠ ਕੇ ਅਤੇ ਲੋਕਾਂ ਨੂੰ ਸਿੱਖੀ ਦਾ ਪ੍ਰਚਾਰ ਕਰਾਉਂਦੇ ਨੇ, ਹੱਟੀ ਸ਼ਬਦ ਵਰਤਿਆ ਹੈ ਇਸ ਕਰਕੇ ਮੈਂ ਉਹਦਾ ਉਲੱਥਾ ਕਰਦਾ ਪਿਆ ਹਾਂ, ਦੁਕਾਨ ਹੀ ਹੈ ਪਰ ਉਹ ਵਪਾਰ ਵਾਲੀ ਦੁਕਾਨ ਨਹੀਂ ਹੈ। ਹਜ਼ੂਰ ਕਹਿੰਦੇ ਨੇ ਕਰ ਹੈ ਜੇ ਗੁਰ ਫੁਰਮਾਇਆ ਸਿਲ ਜੋਗ ਅਲੂਣੀ ਚੱਟੀਏ। ਗੁਰੂ ਅੰਗਦ ਸਾਹਿਬ ਨੇ ਕਿੰਨੀ ਮਿਹਨਤ ਕੀਤੀ ਹੈ ਜੇ ਕਿਤੇ ਸੋਚ ਕੇ ਵੇਖੀਏ। ਮੈਂ ਵੀ ਕਹਿ ਦੇਵਾਂ ਵੀ ਪਾਠ ਕਰਨਾ ਚਾਹੀਦਾ ਹੈ, ਪਾਠ ਕਰਦਿਆਂ ਧਿਆਨ ਪਾਠ ਦੇ ਵਿੱਚ ਰੱਖਣਾ ਚਾਹੀਦਾ ਹੈ, ਔਰ ਸੁਭਾਵਿਕ ਜੀ ਗੱਲ ਜੇ 90% ਤੋਂ ਵੱਧ ਲੋਕਾਂ ਦਾ ਹਾਲ ਇਹੋ ਹੀ ਹੈ, ਜੀ ਨਹੀਂ ਕਰਦਾ ਧਿਆਨ ਵਿੱਚ ਲਾਉਣ ਨੂੰ। ਜੀ ਲੱਗ ਤਾਂ ਜਾਵੇ ਪਰ ਜੀ ਕਰਦਾ ਹੀ ਨਹੀਂ ਇਹ ਵਿੱਚ ਧਿਆਨ ਲਾਉਣ ਨੂੰ, ਬੜਾ ਔਖਾ ਹੈ। ਅਤੇ ਇਹਨੂੰ ਗੁਰਬਾਣੀ ਕਹਿੰਦੀ ਹੈ, ਸਮਝ ਲਓ ਇਹ ਸ਼ੁਰੂ ਸ਼ੁਰੂ ਦੇ ਵਿੱਚ ਇੱਦਾਂ ਦੀ ਗੱਲ ਹੈ ਜਿੱਦਾਂ ਪੱਥਰ ਚੱਟਣਾ ਹੋਵੇ। ਹੁਣ ਪੱਥਰ ਨੂੰ ਚੱਟਾਂਗੇ ਤਾਂ ਕੀ ਸਵਾਦ ਆ ਰਿਹਾ ਹੈ ਪੱਥਰ ਚੱਟਣ ਦਾ? ਨਾ ਉਹ ਮਿੱਠਾ ਹੈ, ਨਾ ਉਹ ਖੱਟਾ ਹੈ, ਨਾ ਉਹ ਕੌੜਾ ਹੈ, ਕੁਝ ਪਤਾ ਹੀ ਨਹੀਂ, ਬਸ ਬਸ ਸਵਾਦ ਹੈ ਲਈ ਜਾ ਰਹੇ। ਕਰੇ ਜੇ ਗੁਰ ਫੁਰਮਾਇਆ, ਗੁਰੂ ਅੰਗਦ ਸਾਹਿਬ ਮਹਾਰਾਜ ਉਹੀ ਕਰਦੇ ਨੇ ਜੋ ਗੁਰੂ ਨਾਨਕ ਸਾਹਿਬ ਨੇ ਉਹਨਾਂ ਨੂੰ ਕਹਿ ਦਿੱਤਾ ਹੈ। ਇਹ ਇੱਦਾਂ ਦੀ ਗੱਲ ਹੈ, ਸਿਲ ਜੋਗ ਅਲੂਣੀ ਚੱਟੀ ਹੈ। ਸਿਲ ਦਾ ਅਰਥ ਹੁੰਦਾ ਹੈ ਪੱਥਰ, ਜਿਹੜੀ ਅਲੂਣੀ ਸਿਲ ਹੈ ਨਾ, ਭਾਵ ਬੇਸਵਾਦੀ। ਸ਼ੁਰੂ ਦੇ ਵਿੱਚ ਤਾਂ ਸੇਵਾ ਵੀ ਬੜੀ ਔਖੀ ਲੱਗਦੀ ਹੈ। ਗੁਰੂ ਸਾਹਿਬ ਕਹਿੰਦੇ ਸਤਿਗੁਰੂ ਕੀ ਸੇਵਾ ਗਾਖੜੀ, ਸਿਰ ਦੀਜੇ ਆਪ ਗਵਾਏ। ਐਡੀ ਔਖੀ ਹੈ, ਸਮਝ ਲਓ ਵੀ ਸਿਰ ਦੇਣ ਵਾਲੀ ਗੱਲ ਹੋ ਜਾਂਦੀ ਹੈ। ਇੰਨਾ ਸੌਖਾ ਨਹੀਂ ਹੈ ਇਸ ਰਸਤੇ ਦੇ ਉੱਤੇ ਚੱਲਣਾ, ਪਰ ਜੇ ਕਿਤੇ ਚੱਲ ਪਵੇ ਇਸ ਰਸਤੇ ਦੇ ਉੱਤੇ ਤਾਂ। ਕਰੇ ਜੇ ਗੁਰ ਫੁਰਮਾਇਆ ਸਿਲ ਜੋਗ ਅਲੂਣੀ ਚੱਟੀਏ, ਅਤੇ ਫਿਰ ਗੱਲ ਵਾਪਰਦੀ ਹੈ ਤੁਦ ਡਿੱਠੇ ਸੱਚੇ ਪਾਤਸ਼ਾਹ ਮੱਲ ਜਨਮ ਜਨਮ ਦੀ ਕੱਟੀਏ। ਵੀ ਤੈਨੂੰ ਵੇਖਣ ਦੇ ਨਾਲ ਹੀ ਜਨਮਾਂ ਜਨਮਾਂਤਰਾਂ ਦੀ ਮੈਲ ਦੂਰ ਹੋ ਜਾਂਦੀ ਹੈ, ਪਰ ਹੋਈ ਕਿੱਦਾਂ ਹੈ? ਗੁਰੂ ਅੰਗਦ ਸਾਹਿਬ ਮਹਾਰਾਜ ਨੇ ਕਮਾਈ ਕੀਤੀ ਹੈ ਅਤੇ ਉਹਨੂੰ ਫਿਰ ਇੱਦਾਂ ਬੋਲਿਆ ਹੈ, ਪਏ ਕਬੂਲ ਖਸਮ ਨਾਲ ਜਾਂ ਕਾਲ ਮਰਦੀ ਕਾਲੀ। ਮਾਤਾ ਖੀਵੀ ਦੇ ਪਤੀ ਗੁਰੂ ਅੰਗਦ ਸਾਹਿਬ ਮਹਾਰਾਜ ਨੇ ਪਏ ਕਬੂਲ, ਰੱਬ ਦੇ ਘਰ ਦੇ ਵਿੱਚ ਕਬੂਲ ਹੋ ਗਏ, ਖਸਮ ਨਾਲ ਕਿਵੇਂ ਜਾਂ ਕਾਲ ਮਰਦੀ ਕਾਲੀ, ਜਾਂ ਉਹਨਾਂ ਨੇ ਮਰਦਾਂ ਵਾਲੀ ਮਿਹਨਤ ਕੀਤੀ ਹੈ। ਮਰਦਾਂ ਵਾਲੀ ਮਿਹਨਤ ਦਾ ਮਤਲਬ ਹੁੰਦਾ ਜਿੱਦਾਂ ਅਸੀਂ ਆਮ ਇੱਕ ਸਮਾਜ ਦੇ ਵਿੱਚ ਮੁਹਾਵਰਾ ਬੋਲਦੇ ਹਾਂ ਨਾ, ਵੀ ਇਹ ਬੰਦਿਆਂ ਦੇ ਕੀਤੇ ਜਾਣ ਵਾਲਾ ਕੰਮ ਹੈ, ਭਾਵੇਂ ਕਿ ਹਿੰਮਤ ਦੇ ਨਾਲ ਕੀਤਾ ਜਾਣ ਵਾਲਾ ਕੰਮ ਹੈ। ਪਏ ਕਬੂਲ ਖਸਮ ਨਾਲ ਜਾਂ ਕਾਲ ਮਰਦੀ ਕਾਲੀ, ਮਾਤਾ ਖੀਵੀ ਸ਼ਹਿ ਸੋਏ ਜਿਨ ਗੋਏ ਉਠਾਲੀ। ਕਹਿੰਦੇ ਮਾਤਾ ਖੀਵੀ ਦਾ ਘਰ ਵਾਲਾ ਪਤੀ ਉਹ ਹੈ ਜਿਸਨੇ ਇਸ ਧਰਤੀ ਦੇ ਭਾਰ ਨੂੰ ਸੰਭਾਲਿਆ ਹੋਇਆ ਹੈ, ਭਾਵ ਕਿ ਸ਼ਬਦ ਦਾ ਆਸਰਾ ਦੇ ਕੇ, ਸ਼ਬਦ ਦੀ ਸਿੱਖਿਆ ਦੇ ਕੇ ਅਤੇ ਲੋਕਾਂ ਨੂੰ ਸਿੱਧੇ ਪਾ ਰਿਹਾ ਹੈ ਗੁਰੂ ਅੰਗਦ ਸਾਹਿਬ ਮਹਾਰਾਜ। ਪਰ ਜੇ ਪੜ੍ਹ ਕੇ ਵੇਖੋ ਤਾਂ ਸੇਵਾ ਕਿੰਨੀ ਔਖੀ ਹੈ। ਅਤੇ ਕਹਿੰਦੇ ਇੱਦਾਂ ਹੈ ਜਿੱਦਾਂ ਪੱਥਰ ਚੱਟਣਾ ਹੋਵੇ, ਅਤੇ ਸ਼ੁਰੂ ਦੇ ਵਿੱਚ ਸਿੱਖੀ ਨੂੰ ਸਿੱਖਣਾ ਬਿਲਕੁਲ ਇੱਦਾਂ ਹੀ ਹੈ, ਇੰਝ ਲੱਗਦਾ ਵੀ ਕੋਈ ਸਵਾਦ ਹੀ ਨਹੀਂ ਹੈ ਜ਼ਿੰਦਗੀ ਦੇ ਵਿੱਚ, ਕੋਈ ਬੰਦਾ ਅੱਧ ਦੇ ਵਿੱਚ ਰਹਿ ਜਾਂਦਾ ਹੈ, ਲੋਕਾਂ ਦੇ ਨਾਲੋਂ ਟੁੱਟ ਜਾਂਦਾ ਹੈ, ਉੱਤੇ ਪਹੁੰਚ ਨਹੀਂ ਪਾਉਂਦਾ। ਅਤੇ ਜਿਹੜੇ ਅੱਧ ਦੇ ਵਿੱਚ ਲਟਕੇ ਰਹਿੰਦੇ ਨੇ ਉਹਨਾਂ ਦੇ ਹਾਲਾਤ ਕੀ ਹੁੰਦੇ ਨੇ ਤੁਹਾਨੂੰ ਸਾਰਿਆਂ ਨੂੰ ਪਤਾ ਹੈ। ਫਿਰ ਉਹਨੇ ਵੀ ਨਹੀਂ ਪਤਾ ਵੀ ਜੇ ਤਾਂ ਵਾਪਸ ਡਿੱਗਾ ਫਿਰ ਵੀ ਬਦਨਾਮੀ ਹੈ, ਜੇ ਤਾਂ ਨਾ ਜਾ ਸਕਿਆ ਤਾਂ ਫਿਰ ਵੀ ਔਖਾ ਹੈ, ਅਤੇ ਵਿੱਚ ਰਹਿਣਾ ਤਾਂ ਸਭ ਤੋਂ ਔਖੀ ਹਾਲਤ ਹੈ। ਦੁਬਿਧਾ ਮੈਂ ਦੋਨੋਂ ਗਏ, ਨਾ ਮਾਇਆ ਮਿਲੀ ਨਾ ਰਾਮ, ਨਾ ਮਾਇਆ ਵਾਲਾ ਪਾਸਾ ਪੂਰਾ ਹੋਇਆ ਨਾ ਰੱਬ ਵਾਲਾ ਪਾਸਾ ਪੂਰਾ ਹੋਇਆ, ਪਰ ਔਖਾ ਹੈ।
ਹਜ਼ੂਰ ਦੇ ਸ਼ਬਦ ਵੇਖੋ, ਘੱਗੈ ਘਾਲ ਸੇਵਕ ਜੇ ਘੱਲ ਹੈ। ਇਹ ਹੁਣ ਮਨ ਕਰਕੇ ਘਾਲਣੀ ਪਵੇ ਕਿ ਤੁਸੀਂ ਘਰ ਬੈਠੇ ਜੇ ਘਰ ਦੇ ਵਿੱਚ ਵੀ ਘਾਲ ਸਕਦੇ ਹੋ, ਦੁਕਾਨ 'ਤੇ ਬੈਠੇ, ਦਫ਼ਤਰ 'ਚ ਬੈਠੇ, ਕਿਤੇ ਵੀ ਬੈਠੇ ਘਾਲੀ ਜਾ ਸਕਦੀ ਹੈ ਨਾ। ਪਰ ਕਿਵੇਂ? ਸ਼ਬਦ ਗੁਰੂ ਕੈ ਲਾਗ ਰਹੇ, ਗੁਰੂ ਦੇ ਸ਼ਬਦ ਦੇ ਨਾਲ ਲੱਗਾ ਰਹੇ, ਧਿਆਨ ਸ਼ਬਦ ਦੇ ਵੱਲ ਹੈ ਵੀ ਜੋ ਸ਼ਬਦ ਕਹਿ ਰਿਹਾ ਹੈ ਮੈਂ ਉਹ ਕਰ ਰਿਹਾ ਹਾਂ। ਇੱਥੇ ਹੁਣ ਮਨ ਹੀ ਆਪਣਾ ਪਹੁੰਚੇਗਾ ਉੱਥੇ, ਸ਼ਬਦ ਗੁਰੂ ਕੈ ਲਾਗ ਰਹੇ। ਫਿਰ ਸਤਿਗੁਰੂ ਕਹਿੰਦੇ ਸ਼ਬਦ ਨੂੰ ਪੜ੍ਹ ਪੜ੍ਹ ਕੇ ਕਰੇ ਕਿ ਬੁਰਾ ਭਲਾ ਜੇ ਸਮ ਕਰ ਜਾਣੇ। ਹਰ ਆਪਣੇ ਵਿੱਚ ਆਉਣ ਵਾਲੇ ਦੁੱਖ ਨੂੰ ਅਤੇ ਸੁੱਖ ਨੂੰ ਪੈਰਲਰ ਕਰਕੇ, ਬਰਾਬਰ ਕਰਕੇ ਸਮਝੇ। ਉਹਦੀ ਪ੍ਰੈਕਟਿਸ ਇਹ ਹੋਣੀ ਚਾਹੀਦੀ ਹੈ ਵੀ ਦੁੱਖ ਮੈਨੂੰ ਕਿੰਨਾ ਕੁ ਦੁਖੀ ਕਰ ਜਾਂਦੇ ਨੇ ਅਤੇ ਖੁਸ਼ੀ ਮੈਨੂੰ ਕਿੰਨਾ ਕੁ ਖੁਸ਼ ਕਰ ਜਾਂਦੀ ਹੈ, ਜਾਂ ਮੈਂ ਇਹਨਾਂ ਦੋਵਾਂ ਹਾਲਤਾਂ ਦੇ ਵਿੱਚ ਕਿੰਨਾ ਕੁ ਆਪਣੇ ਆਪ ਨੂੰ ਬੈਲੈਂਸ ਰੱਖ ਕੇ ਚੱਲਦਾ ਪਿਆ। ਇਹ ਕਹਿ ਦੇਣਾ ਸੌਖਾ ਹੈ ਵੀ ਦੁੱਖ ਦੇ ਵਿੱਚ ਦੁਖੀ ਨਹੀਂ ਹੋਣਾ ਅਤੇ ਸੁਖੀ ਜਦੋਂ ਖੁਸ਼ੀ ਹੁੰਦੀ ਹੈ ਤਾਂ ਅਸੀਂ ਖੁਸ਼ ਨਹੀਂ ਹੋਣਾ। ਇਹਦਾ ਮਤਲਬ ਇਹ ਵੀ ਨਹੀਂ ਵੀ ਸਾਡੇ ਦਿਲ ਦੇ ਵਿੱਚ ਅਸੀਂ ਪੱਥਰ ਬਣ ਜਾਈਏ, ਪੱਥਰ ਨਹੀਂ ਬਣਨਾ। ਪਰ ਇਹ ਜ਼ਰੂਰ ਹੈ ਵੀ ਆਪਣੇ ਅੰਦਰ ਦੀ ਭਾਵਨਾ ਇੰਨੀ ਉੱਚੀ ਲੈ ਕੇ ਚਲੀ ਜਾਣੀ, ਆਮ ਹਾਲਤ ਜਿਹਨੂੰ ਅਸੀਂ ਪਿੱਛੇ ਪੜ੍ਹ ਕੇ ਆਏ ਹਾਂ, ਸੇਵਕ ਹੋਏ ਸੰਜੀਦ ਗੰਭੀਰ ਕਿਸਮ ਦਾ, ਆਮ ਜ਼ਿੰਦਗੀ ਦੇ ਵਿੱਚ ਹਰ ਇੱਕ ਦਿਨ ਨੂੰ ਇੰਨੀ ਗਹਿਰੀ ਨਿਗਾਹ ਦੇ ਨਾਲ ਵੇਖਣਾ, ਬੁਰਾ ਭਲਾ ਜੇ ਸਮ ਕਰ ਜਾਣੇ, ਦੁੱਖ ਅਤੇ ਸੁੱਖ ਨੂੰ ਬਰਾਬਰ ਕਰਕੇ ਜਾਣ ਲਵੇ। ਅਤੇ ਫਿਰ ਸਤਿਗੁਰੂ ਕਹਿੰਦੇ ਨੇ ਇਨ ਬਿਦ ਸਾਹਿਬ ਰਮਤ ਰਹੇ, ਉਹਨੂੰ ਮਾਲਕ ਦੇ ਘਰ ਦੇ ਬਾਰੇ ਪਹਿਚਾਣ ਹੋਣੀ ਸ਼ੁਰੂ ਹੋ ਜਾਂਦੀ ਹੈ। ਇਹਨੂੰ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਇੱਦਾਂ ਕਹਿੰਦੇ ਨੇ, ਕਹਿੰਦੇ ਨੇ ਜੇਕਰ ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨੇ, ਸੁੱਖ ਸਨੇਹ ਅਰ ਭੈ ਨਹੀਂ ਜਾ ਕੇ ਕੰਚਨ ਮਾਟੀ ਮੰਨੇ। ਜਿਹਦੇ ਲਈ ਸੋਨਾ ਅਤੇ ਮਿੱਟੀ ਇੱਕੋ ਜਿਹਾ ਹੋ ਗਿਆ ਹੈ, ਕੀਮਤ ਕਰਕੇ ਨਹੀਂ, ਇਹ ਨਹੀਂ ਵੀ ਉਹਨੇ ਘਰ ਦੇ ਵਿੱਚੋਂ ਸੋਨਾ ਸੁੱਟ ਦਿੱਤਾ ਅਤੇ ਮਿੱਟੀ ਭਰ ਲਈ ਘਰ ਦੇ ਵਿੱਚ, ਇਹ ਭਾਵ ਨਹੀਂ ਹੈ। ਇਹਦਾ ਭਾਵ ਹੈ ਜਿੱਦਾਂ ਮਿੱਟੀ ਨੂੰ ਵੇਖ ਕੇ ਮਨ ਆਕਰਸ਼ਿਤ ਨਹੀਂ ਨਾ ਹੁੰਦਾ, ਮਨ ਨਹੀਂ ਦੌੜਦਾ, ਇੱਦਾਂ ਕਿਸੇ ਦੇ ਪਾਏ ਹੋਏ ਸੋਨੇ ਦੇ ਵੱਲ ਵੇਖ ਕੇ ਵੀ ਮਨ ਕਿਉਂ ਆਕਰਸ਼ਿਤ ਹੋ ਜਾਵੇ, ਵੀ ਮਨ ਦੇ ਵਿੱਚ ਇੱਕ ਗੱਲ ਪੈਦਾ ਹੋ ਜਾਵੇ ਵੀ ਇੰਨਾ ਉਹਨੇ ਪਾਇਆ ਹੋਇਆ ਹੈ, ਜੇ ਕਿਤੇ ਆਹ ਡਿਜ਼ਾਇਨ ਮੇਰੇ ਕੋਲ ਹੁੰਦਾ ਤਾਂ ਮੈਂ ਫਿਰ ਹੀ ਬਚਦਾ ਸੀ। ਦੂਜਿਆਂ ਦੀ ਚੀਜ਼ਾਂ ਵੇਖ ਕੇ ਆਪਣੇ ਆਪ ਨੂੰ ਹੀਣਾ ਮਹਿਸੂਸ ਹੋਣਾ ਸ਼ੁਰੂ ਹੋ ਜਾਣਾ, ਅਟਰੈਕਸ਼ਨ ਦੂਸਰੇ ਦੇ ਵੱਲ ਵੇਖ ਕੇ ਇੰਨੀ ਜ਼ਿਆਦਾ ਹੋ ਜਾਣੀ, ਮੇਰੇ ਕੋਲ ਇਹ ਘੱਟ ਹੈ, ਮੇਰੇ ਕੋਲ ਇਹ ਨਹੀਂ ਹੈ, ਅਤੇ ਫਿਰ ਉਹਨੂੰ ਫੜਨ ਦੇ ਲਈ ਦੌੜਦੇ ਰਹਿਣਾ, ਅਤੇ ਜਦੋਂ ਉਹ ਫੜਿਆ ਗਿਆ ਅੱਗੇ ਕੋਈ ਹੋਰ ਤਿਆਰ ਹੋ ਕੇ ਬੈਠਾ ਹੈ, ਉਹ ਅੱਗੋਂ ਹੋਰ ਚੀਜ਼ ਲੈ ਕੇ ਬੈਠਾ ਹੈ, ਫਿਰ ਉਹਦੇ ਪਿੱਛੇ ਦੌੜਦੇ ਰਹਿਣਾ, ਦੌੜਦਿਆਂ ਦੌੜਦਿਆਂ ਜ਼ਿੰਦਗੀ ਖਤਮ ਹੋ ਗਈ। ਸਤਿਗੁਰੂ ਕਹਿੰਦੇ ਨੇ ਉਹ ਬੰਦਾ ਹੈ ਜਿਹੜਾ ਇਹਨਾਂ ਹਾਲਤਾਂ ਦੇ ਵਿੱਚ ਆਪਣੇ ਆਪ ਨੂੰ ਡੋਲਣ ਨਹੀਂ ਦਿੰਦਾ। ਮੈਂ ਸਿਰਫ ਸੋਨੇ ਦੇ ਉਦਾਹਰਣ ਲਈ ਹੈ, ਬੜੀਆਂ ਚੀਜ਼ਾਂ ਨੇ, ਇੱਥੇ ਤਾਂ ਰੋਟੀ ਦੀ ਪਲੇਟ ਵੇਖ ਕੇ ਬੰਦੇ ਦਾ ਦਿਲ ਡੋਲ ਜਾਂਦਾ ਹੈ, ਸੋਨੇ ਦੀ ਤਾਂ ਗੱਲ ਹੀ ਬੜੀ ਅੱਗੇ ਦੀ ਹੈ। ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ, ਸੁੱਖ ਸਨੇਹ ਅਰ ਭੈ ਨਹੀਂ ਜਾ ਕੇ ਕੰਚਨ ਮਾਟੀ ਮਾਨੈ। ਸਤਿਗੁਰੂ ਅੰਤ ਦੇ ਵਿੱਚ ਇਹ ਗੱਲ ਕਹਿੰਦੇ ਨੇ, ਗੁਰ ਕਿਰਪਾ ਜਿਹੇ ਨਰ ਕੋ ਕੀਨੀ, ਜਿਹਦੇ ਉੱਤੇ ਗੁਰੂ ਨੇ ਕਿਰਪਾ ਕਰ ਦਿੱਤੀ ਹੈ ਤੇ ਇਹ ਜੁਗਤ ਪਛਾਣੀ, ਉਹਨੂੰ ਇਸ ਜੁਗਤੀ ਦੀ ਸਮਝ ਲੱਗਦੀ ਹੈ ਵੀ ਅਸਲ ਦੇ ਵਿੱਚ ਬਰਾਬਰ ਰਹਿ ਕੇ ਕਿੱਦਾਂ ਚੱਲਣਾ ਹੈ। ਨਾਨਕ ਲੀਨ ਭਇਓ ਗੋਬਿੰਦ ਸਿਉ, ਜਿਉਂ ਪਾਣੀ ਸੰਗ ਪਾਣੀ, ਉਹ ਰੱਬ ਦੇ ਨਾਲ ਇੱਦਾਂ ਲੀਨ ਹੋ ਜਾਂਦਾ ਜਿੱਦਾਂ ਇੱਕ ਪਾਣੀ ਦੇ ਨਾਲ ਦੂਸਰਾ ਪਾਣੀ ਲੀਨ ਹੋ ਜਾਂਦਾ ਹੈ, ਵੱਖਰੇ ਨਹੀਂ ਕਰ ਸਕਦੇ। ਆਪਣੀ ਜ਼ਿੰਦਗੀ ਦੇ ਵਿੱਚ ਹਰ ਹਾਲਤ ਦੇ ਵਿੱਚ ਆਪਣੇ ਆਪ ਨੂੰ ਕਿਸ ਤਰੀਕੇ ਦਾ ਰੱਖਦਾ ਪਿਆ ਹੈ, ਉਹ ਆਪਣੀ ਜ਼ਿੰਦਗੀ ਜਿਉਂਦਿਆਂ ਹੋਇਆਂ ਜੇ ਉਹਦੇ ਲੱਛਣ ਬਾਕੀ ਲੋਕਾਂ ਵਰਗੇ ਨੇ ਤਾਂ ਕਿੱਦਾਂ ਕਹਿ ਸਕਦੇ ਹਾਂ ਕਿ ਉਹ ਸ਼ਬਦ ਦੇ ਨਾਲ ਲੱਗਾ ਹੋਇਆ ਹੈ, ਸ਼ਬਦ ਦੇ ਨਾਲ ਜੁੜਿਆ ਹੋਇਆ ਹੈ। ਸਤਿਗੁਰੂ ਕਹਿੰਦੇ ਸਿੱਖ ਦੀ ਘਾਲਣਾ ਇਹ ਹੈ ਵੀ ਉਹ ਸ਼ਬਦ ਨੂੰ ਸਮਝੇ, ਜਿਹੜਾ ਸ਼ਬਦ ਦੇ ਨਾਲ ਜੁੜਿਆ ਹੈ
ਔਰ ਆਪਣੇ ਦੁੱਖ ਸੁੱਖ ਨੂੰ ਆਪਣੀ ਜ਼ਿੰਦਗੀ ਨੂੰ ਬੈਲੈਂਸ ਦੇ ਵਿੱਚ ਲੈ ਕੇ ਆਉਣ ਦੀ ਕੋਸ਼ਿਸ਼ ਕਰੇ। ਇਹਨਾਂ ਦੇ ਬਾਰੇ ਗੁਰੂ ਸਾਹਿਬ ਕਹਿੰਦੇ ਨੇ, ਜਿਨੀ ਨਾਮ 'ਤੇ ਆਇਆ ਗਏ ਮਸ਼ਕਤ ਕਾਲ, ਉਹ ਆਪਣੀ ਮਿਹਨਤ ਜਿਉਂਦੇ ਜੀ ਸਫਲ ਕਰ ਗਏ ਨੇ। ਅਤੇ ਸਿਰਫ ਆਪਣੀ ਨਹੀਂ, ਨਾਨਕ ਤੇ ਮੁੱਖ ਉੱਜਲੇ, ਪਵਿੱਤਰ ਨੇ ਉਹਨਾਂ ਦੇ ਚਿਹਰੇ। ਕੇਤੀ ਛੁੱਟੀ ਨਾਲ ਉਹਨਾਂ ਦੇ ਨਾਲ ਹੋਰ ਵੀ ਕਿੰਨੇ ਛੁੱਟ ਗਏ। ਉਹ ਜਿੱਥੇ ਵੀ ਜਾਣਗੇ ਲੋਕਾਂ ਨੂੰ ਵੀ ਇਹੋ ਮਤ ਦੇਣਗੇ ਵੀ ਭਾਈ ਬੈਲੈਂਸ ਦੇ ਵਿੱਚ ਰਹਿਣਾ ਸਿੱਖੋ। ਲੋਕਾਂ ਨੂੰ ਵੀ ਉਸੇ ਪਾਸੇ ਲਗਾਉਣਗੇ ਜਿਹੜੇ ਪਾਸੇ ਆਪ ਲੱਗੇ ਹੋਏ ਨੇ। ਇਸ ਕਰਕੇ ਸਤਿਗੁਰੂ ਕਹਿੰਦੇ ਨੇ, ਸੇਵਕ ਉਹ ਹੈ ਜਿਹੜਾ ਇਸ ਘਾਲਣਾ ਦੇ ਵਿੱਚ ਜੀਵੇ ਵੀ ਆਪਣੀ ਜ਼ਿੰਦਗੀ ਦੇ ਵਿੱਚ ਸ਼ਬਦ ਦੇ ਨਾਲ ਹੋ ਕੇ ਮੈਂ ਕਿਵੇਂ ਜੁੜਨਾ ਹੈ। ਸਤਿਗੁਰੂ ਕਿਰਪਾ ਕਰਨ, ਸ਼ਬਦ ਦੇ ਨਾਲ ਗੁਰੂ ਨਾਨਕ ਸਾਹਿਬ ਦਾ ਇਹ ਸੰਬੰਧ ਹੈ ਇਸ ਪਾਵਨ ਬਾਣੀ ਦੇ ਵਿੱਚ। ਅੱਗੇ ਅਸੀਂ ਇਸ ਵਿਚਾਰ ਨੂੰ ਜਾਰੀ ਰੱਖਣ ਦੀ ਕੋਸ਼ਿਸ਼ ਕਰਾਂਗੇ। ਸਾਡੇ ਜਦੋਂ ਸਾਡੇ ਅੰਦਰ ਗਿਆਨ ਆਉਂਦਾ ਹੈ, ਸਾਨੂੰ ਕੁਝ ਗੱਲਾਂ ਪਤਾ ਲੱਗਣੀਆਂ ਸ਼ੁਰੂ ਹੋ ਜਾਂਦੀਆਂ ਨੇ, ਚਾਹੇ ਕਿਤਾਬਾਂ ਪੜ੍ਹ ਕੇ ਆਇਆ, ਚਾਹੇ ਲੋਕਾਂ ਦੇ ਕੋਲੋਂ ਸੁਣ ਕੇ ਆਇਆ। ਫਿਰ ਮੈਨੂੰ ਲੱਗਣ ਲੱਗ ਪੈਂਦਾ ਵੀ ਜੋ ਕੁਝ ਮੈਨੂੰ ਪਤਾ ਹੈ ਉਹ ਮੈਨੂੰ ਹੀ ਪਤਾ ਹੈ, ਬਾਕੀ ਦੁਨੀਆ 'ਤੇ ਅਣਜਾਣ ਹੀ ਤੁਰੀ ਫਿਰਦੀ ਹੈ। ਉਹਦੇ ਬਾਰੇ ਗੁਰੂ ਨਾਨਕ ਸਾਹਿਬ ਦੇ ਕੀ ਵਿਚਾਰ ਨੇ ਉਹ ਅਸੀਂ ਕੱਲ੍ਹ ਵਾਲੇ ਅੱਖਰ ਦੇ ਵਿੱਚੋਂ ਵਿਚਾਰਨਾ ਹੈ। ਸਤਿਗੁਰੂ ਕਿਰਪਾ ਕਰੇ ਆਪ ਜੀ ਦੇ ਚਰਨਾਂ ਦੇ ਵਿੱਚ ਅੱਜ ਮੇਰੇ ਪਾਸੋਂ ਬੋਲਦਿਆਂ ਹੋਈਆਂ ਭੁੱਲਾਂ ਦੀ ਖਿਮਾ ਫਤਿਹ ਨਾਲ ਸਾਂਝ ਪਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।